ਸਤਸ੍ਰੀ ਅਕਾਲ ਜੀ ਦਾ ਖਾਲਸ ਟੀਵੀ ਦੇਖਣ ਵਾਲੇ ਦੇਸ਼ ਦੁਨੀਆ ਦੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਐਮਰਜੈਂਸੀ ਬੁਲੇਟਿਨ ਦੇ ਨਾਲ ਮੈਂ ਹਰਸ਼ਰਨ ਕੌਰ ਅੱਜ 22 ਅਗਸਤ ਦਾ ਦਿਨ ਵੀਰਵਾਰ ਹੈ ਖਬਰਾਂ ਦੇ ਇਸ ਖਾਸ ਬੁਲੇਟਿਨ ਦੇ ਵਿੱਚ ਤੁਹਾਨੂੰ ਦੱਸ ਦਿਆਂ ਹੁਣ ਤੱਕ ਦੀਆਂ ਸਾਰੀਆਂ ਵੱਡੀਆਂ ਤਾਜ਼ਾ ਤੇ ਅਹਿਮ ਖਬਰਾਂ ਸਭ ਤੋਂ ਵੱਡੀ ਖਬਰ ਹੈ ਕਿ ਸੁਪਰੀਮ ਕੋਰਟ ਦੇ ਪਰੋਸੇ ਤੋਂ ਬਾਅਦ ਕੋਲਕਾਤਾ ਕਾਂਡ ਦੇ ਵਿਰੋਧ ਵਿੱਚ ਸੰਘਰਸ਼ ਕਰ ਰਹੀ ਦਿੱਲੀ ਏਮਜ਼ ਰੈਜ਼ੀਡੈਂਟ ਡਾਕਟਰ ਐਸੋਸੀਏਸ਼ਨ ਨੇ 11 ਦਿਨਾਂ ਤੋਂ ਚੱਲ ਰਹੀ ਹੜਤਾਲ ਅੱਜ ਖਤਮ ਕਰ ਦਿੱਤੀ ਹੈ ਥੋੜੀ ਦੇਰ ਪਹਿਲਾਂ ਹੀ ਖਬਰ ਮਿਲੀ ਹੈ ਉਧਰ ਅਦਾਲਤ ਨੇ ਵੀ ਸਿਹਤ ਮੰਤਰਾਲੇ ਦੇ ਸਖਤਰ ਨੂੰ ਡਾਕਟਰਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਸੂਬਿਆਂ ਦੇ ਮੁੱਖ ਸਖਤਰਾਂ ਤੇ ਡੀਸੀ ਡੀਜੀਪੀਜ਼ ਦੇ ਨਾਲ ਗੱਲ ਕਰਨ ਦੇ ਹੁਕਮ ਦਿੱਤੇ ਨੇ 9 ਅਗਸਤ ਨੂੰ ਕੋਲਕਾਤਾ ਦੇ ਆਰਜੀਕਰ ਹਸਪਤਾਲ ਦੇ ਵਿੱਚ ਇੱਕ ਟ੍ਰੇਨੀ ਮਹਿਲਾ ਡਾਕਟਰ ਦੇ ਨਾਲ ਦਰਿੰਦਗੀ ਹੋਈ ਸੀ ਦਿਲ ਦਹਿਲਾਉਣ ਵਾਲੀ ਘਟਨਾ ਦੇ ਖਿਲਾਫ 11 ਦਿਨਾਂ ਤੋਂ ਪ੍ਰਦਰਸ਼ਨ ਕਰ ਰਹੇ ਡਾਕਟਰਾਂ ਦੇ ਮਾਮਲੇ ਵਿੱਚ ਸੁਪਰੀਮ ਕੋਰਟ ਨੇ ਇਹ ਵੀ ਭਰੋਸਾ ਦਿਵਾਇਆ ਕਿ ਪ੍ਰਦਰਸ਼ਨ ਕਰ ਰਹੇ ਡਾਕਟਰਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਾਊਗੀ ਸੀਜੀਆਈ ਨੇਵੀਕ ਹੈ ਕਿ ਮੈਂ ਹਸਪਤਾਲਾਂ ਦੀ ਹਾਲਤ ਜਾਣਦਾ ਹਾਂ ਜਦੋਂ ਮੇਰੇ ਪਰਿਵਾਰ ਦਾ ਇੱਕ ਮੈਂਬਰ ਬਿਮਾਰ ਸੀ ਤਾਂ ਮੈਂ ਖੁਦ ਸਰਕਾਰੀ ਹਸਪਤਾਲ ਦੇ ਫਰਸ਼ ਤੇ ਸੁੱਤਾ ਸੀ ਸੁਪਰੀਮ ਕੋਰਟ ਨੇ ਅੱਜ ਦੀ ਸੁਣਵਾਈ ਦੇ ਵਿੱਚ ਲਗਾਤਾਰ ਦੂਜੀ ਵਾਰੀ ਪ੍ਰਦਰਸ਼ਨ ਕਰ ਰਹੇ ਡਾਕਟਰਾਂ ਨੂੰ ਕੰਮ ਸ਼ੁਰੂ ਕਰਨ ਦੀ ਅਪੀਲ ਕਰਦੇ ਹਨ ਨਿਰਦੇਸ਼ ਵੀ ਦਿੱਤੇ ਸਨ ਕਿ ਨਿਆ ਅਤੇ ਦਵਾਈ ਨੂੰ ਰੋਕਿਆ ਨਹੀਂ ਜਾ ਸਕਦਾ ਇਹਦੀ ਕਦੇ ਵੀ ਛੁੱਟੀ ਤੇ ਹੜਤਾਲ ਨਹੀਂ ਹੋ ਸਕਦੀ ਸੀਬੀਆਈ ਨੇ ਇਸ ਮਾਮਲੇ ਵਿੱਚ ਆਪਣੀ ਸਟੇਟਸ ਰਿਪੋਰਟ ਅੱਜ ਸੁਪਰੀਮ ਕੋਰਟ ਦੇ ਵਿੱਚ ਦਾਖਲ ਕਰ ਦਿੱਤੀ। ਰਿਪੋਰਟ ਦੇ ਵਿੱਚ ਸੀਬੀਆਈ ਨੇ ਕਿਹਾ ਕਿ ਕੋਲਕਾਤਾ ਦੇ ਮੈਡੀਕਲ ਕਾਲਜ ਮਾਮਲੇ ਦੇ ਵਿੱਚ ਅਪਰਾਧ ਵਾਲੀ ਥਾਂ ਨਾਲ ਛੇੜਛਾੜ ਕੀਤੀ ਗਈ ਸੀ। ਇਸ ਪੂਰੇ ਮਾਮਲੇ ਤੇ ਪਰਦਾ ਪਾਉਣ ਦੀ ਕੋਸ਼ਿਸ਼ ਕੀਤੀ ਗਈ। ਸੀਬੀਆਈ ਨੇ ਅੰਤਿਮ ਸੰਸਕਾਰ ਤੋਂ ਬਾਅਦ ਐਫਆਈਆਰ ਦਰਜ ਕਰਨ ਤੇ ਵੀ ਸਵਾਲ ਖੜੇ ਕੀਤੇ। ਜਸਟਿਸ ਜੇਬੀ ਪਾਰਦੀਵਾਲਾ ਨੇ ਕਿਹਾ ਕਿ ਕਲਕੱਤਾ ਪੁਲਿਸ ਦੀ ਭੂਮਿਕਾ ਤੇ ਸ਼ੱਕ ਹੈ ਮੈਂ ਆਪਣੇ 30 ਸਾਲਾਂ ਦੇ ਕੈਰੀਅਰ ਦੇ ਵਿੱਚ ਕਦੇ ਵੀ ਜਾਂਚ ਵਿੱਚ ਅਜਿਹੀ ਲਾਪਰਵਾਹੀ ਨਹੀਂ ਦੇਖੀ ਜੋ ਇਸ ਕੇਸ ਦੇ ਵਿੱਚ ਦੇਖੀ ਹੈ ਇਸ ਦੌਰਾਨ ਸੁਣਵਾਈ ਦੇ ਦੌਰਾਨ ਪੱਛਮੀ ਬੰਗਾਲ ਸਰਕਾਰ ਦੇ ਵਕੀਲ ਕਪਲ ਸਿਬਲ ਤੇ ਸੀਬੀਆਈ ਦੇ ਵਕੀਲ ਸਾਲਿਸਟਰ ਜਨਰਲ ਤੁਸ਼ਾਰ ਮਹਿਤਾ ਦੇ ਵਿਚਾਲੇ ਤਿੱਖੀ ਬਹਿਸ ਵੀ ਹੋਈ ਜਦੋਂ ਸੀਬੀਆਈ ਦੇ ਵਕੀਲ ਪੱਛਮੀ ਬੰਗਾਲ ਪੁਲਿਸ ਤੇ ਸਵਾਲ ਚੁੱਕ ਰਹੇ ਸੀ ਤਾਂ ਵਕੀਲ ਕਪਲ ਸਿਬਲ ਹੱਸ ਰਹੇ ਸੀ ਇਸ ਤੇ ਤੁਸ਼ਾਰ ਮਹਿਤਾ ਨੇ ਕਿਹਾ ਕਿ ਹਾਂ ਕਿ ਕਿਸੇ ਦੀ ਜਾਨ ਚਲੀ ਗਈ ਹੈ ਤੁਹਾਨੂੰ ਘੱਟ ਤੇ ਘੱਟ ਇਸ ਤੇ ਹੱਸਣਾ ਤਾਂ ਨਹੀਂ ਚਾਹੀਦਾ ਲੰਗੀ 20 ਅਗਸਤ ਨੂੰ ਸੁਪਰੀਮ ਕੋਰਟ ਨੇ ਪਰਸੋਂ ਹੀ ਇਸ ਘਟਨਾ ਤੇ ਸਿਊ ਮੋਟੋ ਨੋਟਿਸ ਲਿਆ ਸੀ ਸੁਣਵਾਈ ਸ਼ੁਰੂ ਕੀਤੀ ਸੀ ਤੇ ਪਹਿਲੀ ਸੁਣਵਾਈ ਦੌਰਾਨ ਵੀ ਸੁਪਰੀਮ ਕੋਰਟ ਨੇ ਡਾਕਟਰਾਂ ਨੂੰ ਹੜਤਾਲ ਖਤਮ ਕਰਨ ਦੀ ਅਪੀਲ ਕੀਤੀ ਸੀ ਪਰ ਡਾਕਟਰਾਂ ਨੇ ਸਾਰਿਆਂ ਨੇ ਤਾਂ ਹਜੇ ਹੜਤਾਲ ਨਹੀਂ ਖਤਮ ਕੀਤੀ ਪਰ ਏਮਜ਼ ਦੇ ਡਾਕਟਰਾਂ ਨੇ ਜ਼ਰੂਰ ਹੜਤਾਲ ਮੁਕਾਦਤੀ ਹੈ ਹੋ ਸਕਦਾ ਹੈ ਕਿ ਪੂਰੇ ਦੇਸ਼ ਦੇ ਵਿੱਚ ਇਸ ਦਾ ਅਸਰ ਹੋਵੇ ਪਰ ਦੇਸ਼ ਭਰ ਦੇ ਡਾਕਟਰ ਮੰਗ ਕਰ ਰਹੇ ਨੇ ਕਿ ਡਾਕਟਰਾਂ ਦੀ ਸੁਰੱਖਿਆ ਦਾ ਕੌਮੀ ਐਕਟ ਛੇਤੀ ਤੋਂ ਛੇਤੀ ਮਾਰਨਾ ਚਾਹੀਦਾ ਹੈ ਕੋਲਕਾਤਾ ਕਾਂਡ ਵਿੱਚ TMC ਦੇ MP ਅਤੇ ਮੁੱਖ ਮੰਤਰੀ ਮਮਤਾ ਬੇਨਰਜੀ ਦੇ ਭਤੀਜੇ ਅਭਿਸ਼ੇਕ ਬੇਨਰਜੀ ਦੀ ਖੋਰ ਪ੍ਰਤੀਕਿਰਿਆ ਸਾਹਮਣੇ ਆਈ ਹੈ ਵੀਰਵਾਰ ਨੂੰ ਅਭਿਸ਼ੇਕ ਬੇਨਰਜੀ ਨੇ ਅਜਿਹੇ ਮਾਮਲਿਆਂ ਨੂੰ 50 ਦਿਨਾਂ ਚ ਨਿਪਟੌਣ ਤੇ ਸਖਤ ਸਜ਼ਾ ਦੇਣ ਦੀ ਮੰਗ ਕੀਤੀ ਸੀ ਟਵਿੱਟਰ ਤੇ ਅਭਿਸ਼ੇਕ ਨੇ ਲਿਖਿਆ ਕਿ ਪਿਛਲੇ 10 ਦਿਨਾਂ ਤੋਂ ਜਦੋਂ ਦੇਸ਼ ਭਰ ਦੇ ਵਿੱਚ ਆਰਜੀ ਆਰਜੀਕਰ ਮੈਡੀਕਲ ਕਾਲਜ ਰੇਪ ਮਾਮਲੇ 'ਚ ਇਨਸਾਫ ਦੀ ਮੰਗ ਤੇ ਪ੍ਰਦਰਸ਼ਨ ਹੋ ਰਹੇ ਨੇ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ 900 ਰੇਪ ਦੀਆਂ ਘਟਨਾਵਾਂ ਸਾਹਮਣੇ ਆਈਆਂ ਨੇ ਜ਼ਿਆਦਾਤਰ ਸਮਾਂ ਲੋਕ ਸੜਕਾਂ ਤੇ ਆ ਕੇ ਵਿਰੋਧ ਪ੍ਰਦਰਸ਼ਨ ਕਰਦੇ ਰਹੇ ਨੇ ਯਾਨੀ ਕਿ ਉਹਨਾਂ ਦਾ ਕਹਿਣਾ ਹੈ ਕਿ ਇਹ ਕੋਈ ਪਹਿਲੀ ਘਟਨਾ ਨਹੀਂ ਹੈ 900 ਘਟਨਾਵਾਂ ਅਜੀਆਂ ਸਾਹਮਣੇ ਆਈਆਂ ਨੇ ਇੱਕੋ ਸਮੇਂ ਤੇ ਵੱਖ-ਵੱਖ ਥਾਵਾਂ ਤੇ ਲੋਕ ਮੁਜ਼ਾਰੇ ਕਰ ਰਹੇ ਨੇ ਤਾਂ ਉਹਨਾਂ ਦੇ ਕਹਿਣ ਦਾ ਮਤਲਬ ਹੈ ਕਿ ਕੱਲੇ ਪੱਛਮੀ ਬੰਗਾਲ ਦੇ ਵਿੱਚ ਸਾਨੂੰ ਕਿਉਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਪੰਜਾਬ ਦੇ ਵਿੱਚ ਇਕੱਠੀਆਂ ਦੋ ਛੁੱਟੀਆਂ ਆ ਰਹੀਆਂ ਨੇ ਪੰਜਾਬ ਸਰਕਾਰ ਨੇ ਜਨਮ ਅਸ਼ਮੀ ਦੀ ਛੁੱਟੀ ਦਾ ਐਲਾਨ ਕੀਤਾ ਹੈ ਸੋਮਵਾਰ 26 ਅਗਸਤ ਨੂੰ ਛੁੱਟੀ ਹੋਵੇਗੀ ਤੇ ਉਸ ਤੋਂ ਪਹਿਲਾਂ ਐਤਵਾਰ ਨੂੰ ਤਾਂ ਛੁੱਟੀ ਹੁੰਦੀ ਹੁੰਦੀ ਹੈ ਸੋ 25 ਤੇ 26 ਦੋ ਦਿਨਾਂ ਦੀਆਂ ਛੁੱਟੀਆਂ ਰਹਿਣਗੀਆਂ ਬੈਂਕਾਂ ਦੇ ਵਿੱਚ ਆਦਾਰਿਆਂ ਦੇ ਵਿੱਚ ਸ਼ਨੀਚਰਵਾਰ ਦੀ ਵੀ ਕਿਤੇ ਕਿਤੇ ਛੁੱਟੀ ਹੁੰਦੀ ਹੈ ਕਈ ਥਾਵਾਂ ਤੇ ਜਿਹੜੀਆਂ ਕੰਪਨੀਆਂ ਹੈਗੀਆਂ ਨੇ ਜਾਂ ਫਿਰ ਸਰਕਾਰੀ ਦਫ਼ਤਰ ਨੇ ਉਹ ਦੋ ਛੁੱਟੀਆਂ ਕਰਦੇ ਹੁੰਦੇ ਨੇ ਸ਼ਨੀਚਰਵਾਰ ਤੇ ਐਤਵਾਰ ਦੀ ਸੋ ਇਹਦੇ ਨਾਲ ਇੱਕ ਸੋਮਵਾਰ ਦੀ ਜੁੜ ਕੇ ਕਈਆਂ ਨੂੰ ਤਿੰਨ ਛੁੱਟੀਆਂ ਮਿਲਣਗੀਆਂ ਪੰਜਾਬ ਸਕੂਲ ਸਿੱਖਿਆ ਬੋਰਡ ਨੇ 2024-25 ਲਈ 5ਵੀਂ ਤੋਂ 8ਵੀਂ ਤੇ 9ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਦੀਆਂ ਦਾਖਲਾ ਤਰੀਕਾਂ ਦੇ ਵਿੱਚ ਵਾਧਾ ਕਰ ਦਿੱਤਾ ਹੈ। ਰਿਵਾਈਜ਼ਡ ਸਕੈਡਿਊਲ ਦੇ ਮੁਤਾਬਕ 9ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀ 16 ਸਤੰਬਰ ਤੱਕ ਬਿਨਾਂ ਲੇਟ ਫੀਸ ਦਾਖਲਾ ਭਰ ਸਕਦੇ ਨੇ। 17 ਸਤੰਬਰ ਤੋਂ 26 ਸਤੰਬਰ ਤੱਕ 500 ਰੁਪਏ ਪ੍ਰਤੀ ਵਿਦਿਆਰਥੀ ਲੇਟ ਫੀਸ ਲਈ ਜਾਊਗੀ। ਫਿਰ 27 ਸਤੰਬਰ ਤੋਂ 9 ਅਕਤੂਬਰ ਤੱਕ 1500 ਰੁਪਏ ਪ੍ਰਤੀ ਵਿਦਿਆਰਥੀ ਲੇਟ ਫੀਸ ਦੇ ਨਾਲ ਦਾਖਲੇ ਕੀਤੇ ਜਾਣਗੇ। ਪੰਜਾਬ ਸਕੂਲ ਸਿੱਖਿਆ ਬੋਰਡ ਸੈਸ਼ਨ 2024-2 ਬੋਰਡ ਦੀਆਂ ਪ੍ਰੀਖਿਆਵਾਂ ਨਹੀਂ ਕਰਵਾਏਗਾ ਬੋਰਡ ਨੇ ਇਸ ਸੰਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ ਹੁਣ ਸਟੇਟ SCERT ਪੰਜਵੀਂ ਜਮਾਤ ਦੀ ਪ੍ਰੀਖਿਆ ਲਏਗੀ SCERT ਦੇ ਡਾਇਰੈਕਟਰ ਅਮਨਿੰਦਰ ਕੌਰ ਬਰਾੜ ਨੇ ਦੱਸਿਆ ਕਿ ਇਸ ਸੈਸ਼ਨ ਤੋਂ ਇਹ ਨਿਯਮ ਲਾਗੂ ਕੀਤੇ ਜਾ ਰਹੇ ਨੇ ਹਾਲਾਂਕਿ ਬੋਰਡ ਨੇ ਇਸ ਸਾਲ 8ਵੀਂ ਜਮਾਤ ਲਈ ਅਪਲਾਈ ਕਰਨ ਦੇ ਤਰੀਕਿਆਂ ਬਾਰੇ ਨੋਟੀਫਿਕੇਸ਼ਨ ਵਿੱਚ ਇੱਕ ਨੋਟ ਜਾਰੀ ਕੀਤਾ ਹੈ ਦੱਸਿਆ ਜਾ ਰਿਹਾ ਹੈ ਕਿ ਬੋਰਡ 5ਵੀਂ ਜਮਾਤ ਦੀਆਂ ਪ੍ਰੀਖਿਆਵਾਂ ਦੇ ਲਈ ਸਰਕਾਰੀ ਤੇ ਸਹਾਇਤਾ ਪ੍ਰਾਪਤ ਸਕੂਲਾਂ ਦੇ ਵਿਦਿਆਰਥੀਆਂ ਤੋਂ ਫੀਸ ਨਹੀਂ ਲੈਂਦਾ ਜਦਕਿ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀਆਂ ਨੂੰ ਫੀਸਾਂ ਭਰਨੀਆਂ ਪੈਂਦੀਆਂ ਨੇ ਹਰ ਸਾਲ 5ਵੀਂ ਜਮਾਤ ਦੇ 3 ਲੱਖ ਤੋਂ ਵੱਧ ਵਿਦਿਆਰਥੀ ਬੋਰਡ ਦੀ ਪ੍ਰੀਖਿਆ ਦਿੰਦੇ ਨੇ ਪੰਜਾਬ ਦੀ ਮਾਨ ਸਰਕਾਰ ਨੇ ਮੈਡੀਕਲ ਕਾਲਜ ਵਿੱਚ ਐਨਆਰਆਈ ਕੋਟੇ ਲਈ ਨਿਯਮਾਂ 'ਚ ਵੱਡੇ ਬਦਲਾਅ ਕੀਤੇ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੀਆਂ ਹਦਾਇਤਾਂ ਦੇ ਮੁਤਾਬਿਕ ਪੰਜਾਬ ਸਰਕਾਰ ਤੇ ਬਾਬਾ ਫਰੀ ਕਾਲਜਾਂ ਦੇ ਵਿੱਚ ਐਮਬੀਬੀਐਸ ਦੀਆਂ ਖਾਲੀ ਐਨਆਰਾਈ ਸੀਟਾਂ ਨੂੰ ਭਰਨ ਦੇ ਲਈ ਐਨਆਰਾਈਜ਼ ਦੇ ਰਿਸ਼ਤੇਦਾਰਾਂ ਨੂੰ ਦਾਖਲਾ ਲੈਣ ਦੀ ਛੋਟ ਦਿੱਤੀ ਹੈ ਜੇ ਐਨਆਰਾਈਜ਼ ਦੀਆਂ ਸੀਟਾਂ ਨਹੀਂ ਭਰੀਆਂ ਜਾਂਦੀਆਂ ਤਾਂ ਉਹਨਾਂ ਦੇ ਰਿਸ਼ਤੇਦਾਰ ਹੁਣ ਦਾਖਲਾ ਲੈ ਲੈਣਗੇ ਲੈ ਸਕਣਗੇ ਪੰਜਾਬ ਭਰ ਦੇ ਮੈਡੀਕਲ ਕਾਲਜਾਂ ਵਿੱਚ ਐਨਆਰਾਈ ਕੋਟੇ ਦੀਆਂ ਐਮਬੀਬੀਐਸ ਦੀਆਂ 185 ਸੀਟਾਂ ਨੇ ਜਿਨ੍ਹਾਂ ਵਿੱਚੋਂ 35 ਤੋਂ 40 ਸੀਟਾਂ ਭਰਦੀਆਂ ਨੇ ਖਾਲੀ ਰਹਿਣ ਤੇ ਬਾਕੀ ਸੀਟਾਂ ਜਨਰਲ ਕੋਟੇ ਦੇ ਵਿੱਚ ਸ਼ਿਫਟ ਕੀਤੀਆਂ ਜਾਂਦੀਆਂ ਨੇ ਕਣਕ ਦੀਆਂ ਕੀਮਤਾਂ ਲਗਭਗ 9 ਮਹੀਨਿਆਂ ਦੇ ਉੱਚ ਪੱਧਰ ਤੇ ਪਹੁੰਚ ਗਈਆਂ ਨੇ ਜੇ ਸਰਕਾਰ ਸਟਾਕ ਜਾਰੀ ਨਹੀਂ ਕਰਦੀ ਤਾਂ ਆਉਣ ਵਾਲੇ ਤਿਹਾ ਵਾਦਾ ਹੋ ਸਕਦਾ ਹੈ ਕਰਨਾਟਕਾ ਦੇ ਇੱਕ ਵੱਡੇ ਆਟਾ ਮਿਲ ਮਾਲਕ ਨੇ ਕਿਹਾ ਹੈ ਕਿ ਕਣਕ ਦੀ ਸਪਲਾਈ ਰੋਜ਼ਾਨਾ ਘਟ ਹੁੰਦੀ ਜਾ ਰਹੀ ਹੈ ਕੁੱਲ ਸਪਲਾਈ ਦੀ ਸਥਿਤੀ ਪਿਛਲੇ ਸਾਲ ਦੇ ਮੁਕਾਬਲੇ ਖਰਾਬ ਦਿਸ ਰਹੀ ਹੈ ਅਜਿਹੇ ਵਿੱਚ ਸਰਕਾਰ ਨੂੰ ਆਪਣੇ ਸਟਾਕ ਤੋਂ ਕਣਕ ਦੀ ਵਿਕਰੀ ਫੌਰਨ ਸ਼ੁਰੂ ਕਰਨੀ ਚਾਹੀਦੀ ਹੈ 1 ਅਗਸਤ ਨੂੰ ਭਾਰਤ ਦੇ ਸਰਕਾਰੀ ਗੋਦਾਮਾਂ ਦੇ ਵਿੱਚ ਕਣਕ 2.68 ਕਰੋੜ ਟਨ ਸੀ ਜੋ 1 ਸਾਲ ਪਹਿਲਾਂ ਦੇ ਮੁਕਾਬਲੇ ਚ 4.4% ਦੀ ਘਟ ਹੈ 2022 ਤੇ 23 ਵਿੱਚ ਜ਼ਿਆਦਾ ਗਰਮੀ ਪੈਣ ਕਰਕੇ ਕਣਕ ਦੀ ਫਸਲ ਚੰਗੀ ਨਹੀਂ ਹੋਈ ਇਸ ਸਾਲ ਦੀ ਫਸਲ ਦੀ ਪੈਦਾਵਾਰ ਅੰਦਾਜ਼ੇ ਤੋਂ ਸਵਾ ਸ਼ੇਫੀਸ ਦੀ ਘਟ ਰਹੀ ਹੈ ਪੰਜਾਬ ਦੇ ਵਿੱਚ ਨਵੀਆਂ ਗੱਡੀਆਂ ਤੇ ਵਾਧੂ ਟੈਕਸ ਲੱਗੇ ਘਾ ਟ੍ਰਾਂਸਪੋਰਟ ਵਿਭਾਗ ਨੇ ਨਵੇਂ ਵਾਹਨ ਖਰੀਦਣ ਵਾਲੇ ਲੋਕਾਂ ਤੇ ਟੈਕਸ ਵਧਾ ਕੇ ਝਟਕਾ ਦਿੱਤਾ ਹੈ ਹੁਣ ਨਵੇਂ ਦੁਪਈਆ ਵਾਹਨ ਜਦੀ ਕੀਮਤ 1 ਲੱਖ ਰੁਪਏ ਤੋਂ ਘਟ ਹੈ ਉਹਦੀ ਆਰਸੀ ਬਣਾਉਣ ਲਈ 7.5 ਫੀਸਦੀ ਦੀ ਦਰ ਨਾਲ ਮੋਟਰ ਵਹੀਕਲ ਟੈਕਸ ਵਸੂਲਿਆ ਜਾਊਗਾ ਇਸ ਤੋਂ ਬਾਅਦ ਜੇ ਦੁਪਈਆ ਵਾਹਨ 1 ਤੋਂ 2 ਲੱਖ ਰੁਪਏ ਦੀ ਕੀਮਤ ਦਾ ਹੁੰਦਾ ਹੈ ਤਾਂ 10 ਫੀਸਦੀ ਮੋਟਰ ਵਹੀਕਲ ਟੈਕਸ ਵਸੂਲਿਆ ਜਾਊਗਾ 2 ਲੱਖ ਤੋਂ ਵੱਧ ਕੀਮਤ ਦੇ ਦੁਪਈਆ ਵਾਹਨਾਂ ਤੋਂ 11% ਦੀ ਮੋਟਰ ਟੈਕਸ ਵਸੂਲਿਆ ਜਾਵੇਗਾ 4 ਪਈਆ ਵਾਹਨਾਂ ਤੇ ਵੀ ਵਧਾਇਆ ਗਿਆ ਹੈ 15 ਲੱਖ ਰੁਪਏ ਤੱਕ ਦੀ ਕੀਮਤ ਵਾਲੇ ਚਪਈਆ ਵਾਹਨਾਂ ਤੇ 9.5% ਦੀ ਮੋਟਰ ਵਹੀਕਲ ਟੈਕਸ ਲੱਗੂਗਾ 15 ਤੋਂ 25 ਲੱਖ ਰੁਪਏ ਦੀ ਕੀਮਤ ਵਾਲੇ ਵਾਨਾਂ ਤੇ 12% ਤੇ 25 ਲੱਖ ਤੋਂ ਵੱਧ ਕੀਮਤ ਵਾਲਿਆਂ ਤੇ 13% ਦੀ ਦਰ ਨਾਲ ਟੈਕਸ ਵਸੂਲਿਆ ਜਾਵੇਗਾ ਇਸ ਦੇ ਨਾਲ ਹੀ ਜੋ 1% ਸੈਸ ਪਹਿਲਾਂ ਤੋਂ ਲਾਇਆ ਜਾ ਰਿਹਾ ਹੈ ਉਸ ਦਾ ਭੁਗਤਾਨ ਵੀ ਕਰਨਾ ਹੋਵੇਗਾ ਪੰਜਾਬ ਸਰਕਾਰ ਨੇ 15 ਸਾਲ ਪੁਰਾਣੀਆਂ ਗੱਡੀਆਂ ਤੇ ਗ੍ਰੀਨ ਟੈਕਸ ਵੀ ਲਾਇਆ ਹੈ ਸੀएनजी ਐਲਪੀਜੀ ਅਤੇ ਇਲੈਕਟ੍ਰਿਕ ਗੱਡੀਆਂ ਨੂੰ ਗ੍ਰੀਨ ਟੈਕਸ ਤੋਂ ਛੋਟ ਹੋਵੇਗੀ ਮੰਕੀ ਬਾਕਸ ਦੀ ਚਰਚਾ ਪੂਰੀ ਦੁਨੀਆ ਦੇ ਵਿੱਚ ਚੱਲਣ ਲੱਗੀ ਹੈ ਦੁਨੀਆ ਭਰ ਵਿੱਚ ਮੰਕੀ ਬਾਕਸ ਦੇ ਵੱਧਦੇ ਮਾਮਲਿਆਂ ਦੇ ਮੱਦੇਨਜ਼ਰ ਭਾਰਤ ਦੇ ਸਾਰੇ ਹਵਾਈ ਅੱਡਿਆਂ ਤੇ ਚੌਕਸੀ ਵਧਾ ਦਿੱਤੀ ਗਈ ਹੈ ਕੇਂਦਰੀ ਸਿਹਤ ਮੰਤਰਾਲੇ ਨੇ ਕਾਰੀਆਂ ਨੂੰ ਬਾਹਰੋਂ ਆਉਣ ਵਾਲੀਆਂ ਯਾਤਰੀਆਂ ਦੇ ਵਿੱਚ ਮੰਕੀ ਪੋਕਸ ਦੇ ਲੱਛਣਾਂ ਨੂੰ ਲੈ ਕੇ ਚੌਕਸ ਰਹਿਣ ਲਈ ਕਿਹਾ ਹੈ ਇਸ ਦੇ ਮੱਦੇ ਨਜ਼ਰ ਸ਼ੀਦ ਭਗਤ ਸਿੰਘ ਕੌਮੰਤਰੀ ਹਵਾਈ ਅੱਡਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੁਹਾਲੀ ਤੇ ਵੀ ਯਾਤਰੀਆਂ ਦੀ ਸਕਰੀਨਿੰਗ ਸ਼ੁਰੂ ਕਰ ਦਿੱਤੀ ਗਈ ਹੈ ਪੀਜੀਆਈ ਚੰਡੀਗੜ੍ਹ ਵਿੱਚ ਦਾਖਲੇ ਤੋਂ ਲੈ ਕੇ ਇਲਾਜ ਤੱਕ ਦੇ ਪ੍ਰਬੰਧ ਮੁਕੰਮਲ ਕਰ ਲਏ ਗਏ ਨੇ ਪੀਜੀਆ ਪ੍ਰਸ਼ਾਸਨ ਦੇ ਮੁਤਾਬਕ ਇਨਫੈਕਸ਼ਨ ਨੂੰ ਰੋਕਣ ਲਈ ਵਿਅਕਤੀਗਤ ਪੱਧਰ ਤੇ ਜਾਗਰੂਕ ਅਤੇ ਚੌਕਸ ਰਹਿਣ ਦੀ ਲੋੜ ਹੈ ਰਲੇਵੇਂ ਤੋਂ ਡਰਨ ਦੀ ਲੋੜ ਨਹੀਂ ਹੈ ਯਾਨਕਿ ਲਾਗ ਦੀ ਬਿਮਾਰੀ ਨਹੀਂ ਹੈ ਗੁਰੂਕੀ ਨਗਰੀ ਅੰਮ੍ਰਿਤਸਰ ਦੇ ਸ਼੍ਰੀ ਗੁਰੂ ਰਾਮਦਾਸ ਜੀ ਕੌਮੰਤਰੀ ਹਵਾਈ ਅੱਡੇ ਨੇ ਵੱਡੀ ਉਪਲਬਧੀ ਹਾਸਲ ਕੀਤੀ ਹੈ ਮਲੇਸ਼ੀਆ ਦੀ 에ਅਰਲਾਈਨ 에ਅਰ ਏਸ਼ੀਆ ਐਕਸ ਨੇ ਜੁਲਾਈ 2024 ਮਹੀਨੇ ਦੇ ਲਈ ਹਵਾਈ ਅੱਡੇ ਨੂੰ ਬੈਸਟ ਸਟੇਸ਼ਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਹੈ 에ਅਰ ਏਸ਼ੀਆ ਐਕਸ ਜੋ ਕਿ ਦੁਨੀਆ ਦੀ ਸਭ ਤੋਂ ਵੱਡੀ ਘੱਟ ਕਿਰਾਏ ਵਾਲੀ 에ਅਰਲਾਈਨਾਂ ਦੇ ਵਿੱਚੋਂ ਇੱਕ ਹੈ ਇਹ ਕੁਵਾਲਾ ਲੰਪੂਰ ਤੋਂ ਅੰਮ੍ਰਿਤਸਰ ਲਈ ਹਫ਼ਤੇ ਵਿੱਚ 4 ਸਿੱਧੀਆਂ ਉਡਾਣਾਂ ਦਾ ਸੰਚਾਲਨ ਕਰਦੀ ਹੈ ਤੇ ਇਸ ਨੇ ਪੰਜਾਬ ਦੇ ਇਸ ਕੌਮੰਤਰੀ ਹਵਾਈ ਅੱਡੇ ਨੂੰ ਵੱਡੇ ਪੁਰਸਕਾਰ ਨਾਲ ਸਨਮਾਨਿਤ ਹੈ ਜੇ ਤੁਸੀਂ ਸ਼੍ਰੀਲੰਕਾ ਜਾਣਾ ਚਾਹੁੰਦੇ ਹੋ ਤਾਂ ਵੀਜ਼ਾ ਜ਼ਰੂਰੀ ਨਹੀਂ ਹੈ ਗੁਆਂਡੀ ਮੁਲਕ ਸ਼੍ਰੀਲੰਕਾ ਨੇ ਭਾਰਤੀ ਪਾਸਪੋਰਟ ਧਾਰਕਾਂ ਨੂੰ ਇਹ ਸ਼ਾਨਦਾਰ ਖੁਸ਼ਖਬਰੀ ਦਿੰਦੀ ਹੈ ਗੁਆਂਡੀ ਮੁਲਕ ਨੇ ਭਾਰਤ ਸਮੇਤ ਹੋਰ ਵੀ ਕਈ ਮੁਲਕਾਂ ਦੇ ਨਿਵਾਸੀਆਂ ਦੇ ਲਈ ਵੀਜ਼ਾ ਫ੍ਰੀ ਐਕसेस ਦਾ ਐਲਾਨ ਕੀਤਾ ਹੈ ਸ਼੍ਰੀਲੰਕਾ ਨੇ 35 ਮੁਲਕਾਂ ਦੇ ਲਈ ਵੀਜ਼ਾ ਫ੍ਰੀ ਐਕसेस ਸਹੂਲਤ ਐਲਾਨੀ ਹੈ ਜਿਨ੍ਹਾਂ ਵਿੱਚ ਭਾਰਤ ਅਮਰੀਕਾ ਅਤੇ ਬਰਤਾਨੀਆ ਤੋਂ ਇਲਾਵਾ 32 ਹੋਰ ਮੁਲਕ ਸ਼ਾਮਲ ਨੇ ਇਹ ਨਿਯਮ 1 ਅਕਤੂਬਰ 2024 ਤੋਂ ਲਾਗੂ ਹੋ ਜਾਵੇਗਾ 6 ਮਹੀਨਿਆਂ ਦੇ ਲਈ ਹਾਲਿਸ ਨੂੰ ਲਾਗੂ ਕੀਤਾ ਜਾ ਰਿਹਾ ਹੈ ਜਾਨਕਿ ਅਕਤੂਬਰ ਮਹੀਨੇ ਤੋਂ ਲੈ ਕੇ ਲਗਾਤਾਰ 6 ਮਹੀਨੇ ਤੁਸੀਂ ਸ਼੍ਰੀਲੰਕਾ ਦੇ ਵਿੱਚ ਸਿਰਫ ਪਾਸਪੋਰਟ ਦੇ ਨਾਲ ਜਾ ਸਕਦੇ ਹੋ ਪਾਸਪੋਰਟ ਤੇ ਵੀਜ਼ਾ ਲਵਾਉਣ ਦੀ ਕੋਈ ਲੋੜ ਨਹੀਂ ਹੈ ਪੁਰਤਗਾਲ ਦੇ ਦਿੱਗਜ ਫੁੱਟਬਾਲਰ ਕ੍ਰਿਸਟੀਆਨੋ ਰੋनाल्डੋ ਨੇ ਇੱਕ ਅਜਿਹਾ ਵਿਸ਼ਵ ਰਿਕਾਰਡ ਬਣਾਇਆ ਜਿਹੜਾ ਹਾਲੇ ਤੱਕ ਕਿਸੇ ਨੇ ਨਹੀਂ ਬਣਾਇਆ ਸੀ ਬੁੱਧਵਾਰ ਨੂੰ ਕ੍ਰਿਸਟੀਆਨੋ ਰੋनाल्डੋ ਨੇ ਆਪਣਾ YouTube ਚੈਨਲ ਬਣਾਇਆ ਲਾਂਚ ਕੀਤਾ ਰੀਅਲ ਮੈਡਰਿਡ ਦੇ ਸਾਬਕਾ ਸਟਾਰ ਦੇ ਪ੍ਰਸ਼ੰਸਕ ਇੰਨੇਕ ਜ਼ਿਆਦਾ ਉਤਾਵਲੇ ਸਨ ਕਿ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਲਈ ਕਮਲਈ ਹੋ ਗਏ ਇਹ ਜਾਣਨ ਲਈ ਕਿ ਉਹ ਆਪਣੀ ਜ਼ਿੰਦਗੀ ਕਿਵੇਂ ਜਿਉਂਦਾ ਹੈ ਕਿਵੇਂ ਰਹਿੰਦਾ ਹੈ ਰੋनाल्डੋ ਕੀ ਕਰਦਾ ਹੈ ਲੱਖਾਂ ਕਰੋੜਾਂ ਸਬਸਕ੍ਰਾਈਬਰ ਤੁਰੰਤ ਰੋनाल्डੋ ਦੀ ਰੋनाल्डੋ ਦੇ YouTube ਚੈਨਲ ਤੇ ਆ ਗਏ ਪ੍ਰਸ਼ੰਸਕਾਂ ਦੀ ਉਤਸੁਕਤਾ ਇੰਨੀ ਜ਼ਿਆਦਾ ਸੀ ਕਿ ਰੋनाल्डੋ ਨੇ ਸਭ ਤੋ ਵੱਧ ਤੇਜ਼ੀ ਨਾਲ ਹੁਣ ਤੱਕ ਕਿਸੇ ਨੂੰ ਇੰਨੇ ਸਬਸਕ੍ਰਾਈਬਰ ਇੰਨੀ ਛੇਤੀ ਨਹੀਂ ਮਿਲੇ ਜਿਨੇ ਰੋनाल्डੋ ਨੂੰ ਮਿਲੇ ਨੇ 1 ਮਿਲੀਅਨ ਯਾਨੀ ਕਿ 10 ਲੱਖ ਸਬਸਕ੍ਰਾਈਬਰ ਦਾ YouTube ਦਾ ਰਿਕਾਰਡ ਰੋनाल्डੋ ਨੇ ਤੋੜ ਦਿੱਤਾ ਹੈ 90 ਮਿੰਟ ਸਿਰਫ ਡੇਢ ਘੰਟੇ ਦੇ ਵਿੱਚ 1 ਮਿਲੀਅਨ ਸਬਸਕ੍ਰਾਈਬਰ ਰੋनाल्डੋ ਨੂੰ ਮਿਲ ਗਏ ਤੇ 24 ਘੰਟਿਆਂ ਦੇ ਵਿੱਚ ਵਿੱਚ ਰੋनाल्डੋ ਦੇ ਹੱਥ ਵਿੱਚ 골ਡਨ ਪਲੇਟ ਆ ਗਈ ਸੀ ਉਹ 골ਡਨ ਪਲੇਟ ਸੋਨੇ ਦੀ ਪਲੇਟ ਜਿਸ ਨੂੰ ਹਾਸਲ ਕਰਨ ਦੇ ਲਈ ਜਿਸ ਨੂੰ 골ਡਨ ਬਟਨ ਕਿਹਾ ਜਾਂਦਾ ਹੈ ਅਸਲ ਦੇ ਵਿੱਚ ਇਹਨੂੰ ਹਾਸਲ ਕਰਨ ਦੇ ਲਈ ਯੂਟਿਊਬਰ ਨੇ ਜਿਹੜੇ ਉਹ ਹਮੇਸ਼ਾ ਉਡੀਕਦੇ ਰਹਿੰਦੇ ਨੇ ਕਈਆਂ ਦੀ ਉਡੀਕ ਹੈ ਜਿਹੜੀ ਉਹ ਸਾਲਾਂ ਤੱਕ ਲੰਬੀ ਹੋ ਜਾਂਦੀ ਹੈ ਪਰ ਰੋनाल्डੋ ਨੇ ਵਿਸ਼ਵ ਰਿਕਾਰਡ ਕਾਇਮ ਕੀਤਾ ਹੈ 24 ਘੰਟਿਆਂ ਦੇ ਵਿੱਚ ਵਿੱਚ ਸਿਲਵਰ ਸਿਲਵਰ ਹੀ ਨਹੀਂ 골ਡਨ ਬਟਨ ਵੀ ਰੋनाल्डੋ ਨੂੰ ਮਿਲ ਗਿਆ ਹੈ ਤੇ ਇਹ 골ਡਨ ਬਟਨ ਰੋनाल्डੋ ਨੇ ਆਪਣੇ 골ਡਨ ਬੱਚਿਆਂ ਨੂੰ ਸਮਰਪਿਤ ਕੀਤਾ ਹੈ YouTube ਦੇ ਮਿਆਰਾਂ ਦੇ ਮੁਤਾਬਿਕ ਜੇ ਕੋਈ YouTube ਚੈਨਲ ਬਣਾਉਂਦਾ ਹੈ ਤਾਂ 1 ਲੱਖ ਸਬਸਕ੍ਰਾਈਬਰ ਹੋਣ ਤੇ ਉਹਨਾਂ ਨੂੰ ਸਿਲਵਰ ਪਲੇਟ ਦਿੱਤੀ ਜਾਂਦੀ ਹੈ ਤੇ ਜੇ 10 ਲੱਖ ਸਬਸਕ੍ਰਾਈਬਰ ਯਾਨੀ ਕਿ 1 ਮਿਲੀਅਨ ਸਬਸਕ੍ਰਾਈਬਰ ਤੁਹਾਡੇ ਹੁੰਦੇ ਨੇ ਤਾਂ ਤੁਹਾਨੂੰ 골ਡਨ ਬਟਨ ਦਿੱਤਾ ਜਾਂਦਾ ਹੈ ਪੰਜਾਬ ਅਤੇ ਹਰਿਆਣਾ ਦੀ ਹੱਦ ਤੇ ਸ਼ੰਭੂ ਬਾਰਡਰ ਫਿਲਹਾਲ ਨਹੀਂ ਖੁੱਲੇਗਾ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਮੁਲਤਵੀ ਕਰ ਦਿੱਤੀ ਗਈ ਹੈ ਤੇ ਪੰਜਾਬ ਤੇ ਹਰਿਆਣਾ ਦੀ ਸਰਕਾਰਾਂ ਨੂੰ ਕਿਸਾਨਾਂ ਨਾਲ ਮੀਟਿੰਗ ਜਾਰੀ ਰੱਖਣ ਦੇ ਸੁਪਰੀਮ ਕੋਰਟ ਨੇ ਹੁਕਮ ਜਾਰੀ ਕੀਤੇ ਨੇ ਇਸ ਦੇ ਨਾਲ ਹੀ ਪੰਜਾਬ ਸਰਕਾਰ ਨੂੰ ਨਿਰਦੇਸ਼ ਦਿੱਤੇ ਗਏ ਨੇ ਕਿ ਉਹ ਕਮੇਟੀ ਮੈਂਬਰਾਂ ਦੇ ਨਾਮ 3 ਦਿਨਾਂ ਦੇ ਅੰਦਰ ਦੇਵੇ ਸੁਪਰੀਮ ਕੋਰਟ ਨੇ ਕਿਹਾ ਕਿ ਕਿਸਾਨਾਂ ਦੀਆਂ ਸ਼ਿਕਾਇਤਾਂ ਨੂੰ ਹਮੇਸ਼ਾ ਲਈ ਸੁਲਝਾਉਣ ਵਾਸਤੇ ਛੇਤੀ ਹੀ ਇੱਕ ਬੌਮ ਮੈਂਬਰੀ ਐਟੀਸੀ ਬਣਾ ਰਹੇ ਆ ਤੇ ਮਾਮਲੇ ਦੀ ਅਗਲੀ ਸੁਣਵਾਈ 2 ਸਤੰਬਰ ਤੇ ਸਿਖਰਲੀ ਅਦਾਲਤ ਨੇ ਪਾ ਦਿੱਤੀ ਹੈ ਪੰਜਾਬ ਤੇ ਹਰਿਆਣਾ ਦੀਆਂ ਸਰਕਾਰਾਂ ਨੂੰ ਸੁਪਰੀਮ ਕੋਰਟ ਦੇ ਜੱਜਾਂ ਨੇ ਕਿਹਾ ਕਿ ਕਿਸਾਨਾਂ ਨਾਲ ਸੰਬੰਧਿਤ ਅਸਥਾਈ ਮੁੱਦੇ ਕਮੇਟੀ ਨੂੰ ਦੇ ਦਿਆ ਕਰਨ ਸੋ ਸੁਪਰੀਮ ਕੋਰਟ ਹੁਣ ਇਸ ਮੁੱਦੇ ਤੇ ਪੱਖ ਗਈ ਹੈ ਆਸ ਹੈ ਕਿ ਆਉਂਦੇ ਦਿਨਾਂ ਦੇ ਵਿੱਚ ਛੇਤੀ ਹੀ ਉਹ ਕਮੇਟੀ ਬਣੂਗੀ ਜਿਹੜੀ ਸਰਕਾਰ ਅਤੇ ਕਿਸਾਨਾਂ ਦੇ ਵਿਚਾਲੇ ਕੜੀ ਦਾ ਕੰਮ ਕਰੇਗੀ ਹਮੇਸ਼ਾ ਦੇ ਲਈ ਕਹਿੰਦੇ ਕਿਸਾਨਾਂ ਦੇ ਮੁੱਦੇ ਇਹ ਕਮੇਟੀ ਦੀ ਮਦਦ ਦੇ ਨਾਲ ਸੁਲਝਾਏ ਜਾਇਆ ਕਰਨਗੇ ਪਰ ਕੀ ਇਸ ਦੇ ਨਾਲ ਕਿਸਾਨਾਂ ਦੇ ਮੁੱਦੇ ਹੱਲ ਹੋਣਗੇ ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਪਰ ਸੁਪਰੀਮ ਕੋਰਟ ਨੇ ਇੱਕ ਚੰਗੀ ਪਹਿਲ ਕੀਤੀ ਹੈ ਸੁਪਰੀਮ ਕੋਰਟ ਨੇ ਕਿਹਾ ਕਿ ਦੋਵੇਂ ਸੂਬਿਆਂ ਦੇ ਵਕੀਲ ਅਦਾਲਤ ਵੱਲੋਂ ਗਠਿਤ ਕੀਤੀ ਜਾਣ ਵਾਲੀ ਕਮੇਟੀ ਦੇ ਸਾਹਮਣੇ ਜਿਨ੍ਹਾਂ ਤੇ ਜਨਾ ਮੁੱਦਿਆਂ ਤੇ ਗੱਲਬਾਤ ਕੀਤੀ ਹੋਣੀ ਕੀਤੀ ਜਾਣੀ ਹੈ ਉਨ੍ਹਾਂ ਨੂੰ ਪੇਸ਼ ਕਰਨ ਅਦਾਲਤ ਨੇ ਇਹ ਵੀ ਸਾਫ਼ ਕੀਤਾ ਕਿ ਕਮੇਟੀ ਦਾ ਮਤਲਬ ਇੱਕ ਅਜਿਹਾ ਆਦੇਸ਼ ਹੋਵੇਗਾ ਤਾਂ ਜੋ ਵਾਰੀ-ਵਾਰੀ ਕਾਨੂੰਨ ਦੇ ਹਾਲਾਤਾਂ ਦੀ ਪਰੇਸ਼ਾਨੀ ਪੈਦਾ ਨਾ ਹੋਵੇ ਮੁੱਦਿਆਂ ਨੂੰ ਨਿਰਪੱਖ ਅਤੇ ਸਹੀ ਢੰਗ ਨਾਲ ਹੱਲ ਕੀਤਾ ਜਾਵੇ ਅਦਾਲਤ ਨੇ ਕਿਹਾ ਕਿ 3 ਦਿਨਾਂ ਦੇ ਅੰਦਰ-ਅੰਦਰ ਕਮੇਟੀ ਦੇ ਮੈਂਬਰਾਂ ਦੇ ਨਾਮ ਤੈਅ ਕੀਤੇ ਜਾਣ ਸੂਬਿਆਂ ਦੇ ਨੁਮਾਇੰਦੇ ਕਿਸਾਨਾਂ ਨੂੰ ਮਿਲਦੇ ਰਹਿਣ ਅਗਲੀ ਸੁਣਵਾਈ ਦੌਰਾਨ ਮੀਟਿੰਗ ਦੇ ਨਤੀਜੇ ਵੀ ਸਾਹਮਣੇ ਰੱਖੇ ਜਾਣ ਬੋਧਵਾਰ ਨੂੰ ਪਟਿਆਲਾ ਅਤੇ ਅੰਮ੍ਰਿਤਸਰ ਦੇ ਡੀਸੀ ਅਤੇ ਐਸਐਸਪੀ ਇਸ ਦੀ ਕਿਸਾਨ ਲੀਡਰਾਂ ਦੇ ਨਾਲ ਮੀਟਿੰਗ ਹੋਈ ਸੀ ਉਸ ਦੀ ਜਾਣਕਾਰੀ ਵੀ ਪੰਜਾਬ ਸਰਕਾਰ ਨੇ ਅਦਾਲਤ ਨੂੰ ਦਿੱਤੀ ਇਦੇ ਵਿੱਚ ਪ੍ਰਸ਼ਾਸਨ ਨੇ ਕਿਸਾਨਾਂ ਨੂੰ ਅਪੀਲ ਕੀਤੀ ਸੀ ਕਿ ਤੁਸੀਂ ਦਿੱਲੀ ਚਲੇ ਜਾਓ ਪਰ ਟਰੈਕਟਰ ਨਹੀਂ ਲੈ ਕੇ ਜਾਣਾ ਜਿਨ੍ਹਾਂ ਨੂੰ ਕਿਸਾਨ ਜਿਸ ਪੇਸ਼ਕਸ਼ ਨੂੰ ਕਿਸਾਨਾਂ ਨੇ ਖਾਰਜ ਕਰ ਦਿੱਤਾ ਸੀ ਜਗਜੀਤ ਸਿੰਘ ਢੱਲੇਵਾਲ ਨੇ ਕਿਹਾ ਸੀ ਕਿ ਟਰੈਕਟਰ ਸਾਡਾ ਘਰ ਨੇ ਹਰ ਤਰ੍ਹਾਂ ਦੇ ਮੌਸਮ ਤੋਂ ਇਹ ਸਾਡੀ ਰਾਖੀ ਕਰਦੇ ਨੇ ਸਾਡਾ ਖਾਣ ਪੀਣ ਦਾ ਸਮਾਨ ਵੀ ਟਰੈਕਟਰਾਂ ਦੇ ਅੰਦਰ ਹੀ ਹੁੰਦਾ ਟਰਾਲੀਆਂ ਦੇ ਵਿੱਚ ਹੀ ਹੁੰਦਾ ਹੈ ਇਸ ਕਰਕੇ ਬਿਨਾ ਡਾਇਰੈਕਟਰਾਂ ਤੋਂ ਦਿੱਲੀ ਜਾਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਸੋ ਮੀਟਿੰਗ ਬੇਨਤੀਜਾ ਰਹੀ ਪ੍ਰਸ਼ਾਸਨ ਕਹਿੰਦੇ ਸੀ ਛੇਤੀ ਮੀਟਿੰਗ ਕਰੇਗਾ ਪੰਜਾਬ ਦੀ ਨਾਬਾ ਜੇਲ ਬ੍ਰੇਕ ਕਾਣ ਦੇ ਮਾਸਟਰਮਾਈਂਡ ਰਮਨਜੀਤ ਸਿੰਘ ਰੋਮੀ ਨੂੰ ਹਾਂਗਕਾਂਗ ਤੋਂ ਭਾਰਤ ਲਿਆਂਦਾ ਗਿਆ ਹੈ ਹਵਾਲਗੀ ਮਿਲਣ ਤੋਂ ਬਾਅਦ ਪੰਜਾਬ ਪੁਲਿਸ 2016 ਦੇ ਵਿੱਚ ਵਾਪਰੇ ਨਾਬਾ ਜੇਲ ਬ੍ਰੇਕ ਕਾਣ ਦੇ ਮਾਸਟਰਮਾਈਂਡ ਰੋਮੀ ਨੂੰ ਸ਼ਾਮ 4:00 ਵਜੇ ਲੈ ਕੇ ਦਿੱਲੀ ਉਤਰੀ 에ਅਰਪੋਰਟ ਤੇ ਸਾਰੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਹੁਣ ਰੋਮੀ ਨੂੰ ਪੰਜਾਬ ਲਿਆਂਦਾ ਜਾਊਗਾ ਰੋਮੀ ਨੂੰ ਪੰਜਾਬ ਪੁਲਿਸ ਨੇ 2016 ਦੀ ਸ਼ੁਰੂਆਤ ਵਿੱਚ ਗ੍ਰਿਫਤਾਰ ਕੀਤਾ ਸੀ ਪਰ ਅਦਾਲਤ ਤੋਂ ਜ਼ਮਾਨਤ ਮਿਲ ਤੋ ਬਾਅਦ ਉਹ ਹਾਂਗਕਾਂਗ ਭੱਜ ਗਿਆ ਸੀ ਰੋਮੀ ਨੇ ਫਿਰ ਉੱਥੋਂ ਹੀ 26 27 ਨਵੰਬਰ 2016 ਦੇ ਵਿੱਚ ਨਾਬਾ ਜੇਲ ਬ੍ਰੇਕ ਕਾਂਡ ਦੀ ਸਾਜ਼ਿਸ਼ ਰਚੀ ਇਹ ਪੁਲਿਸ ਦੇ ਇਲਜ਼ਾਮ ਨੇ ਰੈੱਡ ਕਾਰਨਰ ਨੋਟਿਸ ਤੋਂ ਬਾਅਦ ਰਮਨਜੀਤ ਰੋਮੀ ਨੂੰ ਹਾਂਗਕਾਂਗ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ ਪਰ ਰੋਮੀ ਨੇ ਅਦਾਲਤ ਵਿੱਚ ਕੇਸ ਕਰਕੇ ਪਟੀਸ਼ਨ ਫਾਈਲ ਕਰਕੇ ਆਪਣੀ ਹਵਾਲਗੀ ਨੂੰ ਚੈਲੰਜ ਕੀਤਾ ਸੀ ਭਾਰਤ ਸਰਕਾਰ ਨੇ ਦੋ ਕੇਸਾਂ ਦੇ ਵਿੱਚ ਰੋਮੀ ਦੀ ਹਵਾਲਗੀ ਮੰਗੀ ਸੀ ਪਹਿਲਾ ਕੇਸ ਨਾਬਾ ਜੇਲ ਬ੍ਰੇਕ ਕਾਂਡ ਸੀ ਦੂਸਰਾ ਮਾਮਲਾ ਫੇਕ ਕ੍ਰੈਡਿਟ ਕਾਰਡ ਦਾ ਤੇ ਨਾਬਾ ਜੇਲ ਬਰੇਕ ਆਂਡ ਵਿੱਚ ਭਾਰਤ ਸਰਕਾਰ ਦੇ ਵਕੀਲ ਨੇ ਅਦਾਲਤ ਨੂੰ ਦੱਸਿਆ ਸੀ ਕਿ ਰੋਮੀ ਨੇ 4 ਵੱਖ-ਵੱਖ ਦਿਨਾਂ ਦੇ ਵਿੱਚ ਆਪਣੇ ਰਿਸ਼ਤੇਦਾਰ ਰਾਜਵੀਰ ਸਿੰਘ ਦੇ ਜ਼ਰੀਏ ਮਨੀ ਸੇਖ ਨੂੰ ਪੈਸੇ ਟਰਾਂਸਫਰ ਕੀਤੇ ਸੀ ਮਨੀ ਦਾ ਭਰਾ ਗੁਰਪ੍ਰੀਤ ਸਿੰਘ ਸੇਖੋਂ ਵੀ ਨਾਬਾ ਜੇਲ ਬਰੇਕ ਆਂਡ ਵਿੱਚ ਫਰਾਰ ਹੋਇਆ ਸੀ ਇਹ ਪੈਸਾ 28 ਸਤੰਬਰ 2016 ਤੋਂ 16 ਨਵੰਬਰ 2016 ਦੇ ਵਿਚਾਲੇ ਟਰਾਂਸਫਰ ਕੀਤਾ ਗਿਆ ਸੀ ਹਾਂਗਕਾਂਗ ਅਦਾਲਤ ਨੇ ਭਾਰਤ ਦੇ ਹੱਕ ਵਿੱਚ ਫੈਸਲਾ ਸੁਣਾਇਆ ਸੀ ਹਾਲਾਂਕਿ ਰੋਮੀ ਦੇ ਵਕੀਲ ਨੇ ਦਾਵਾ ਕੀਤਾ ਸੀ ਕਿ ਰੋਮੀ ਖਾਲਿਸਤਾਨ ਦੀ ਹਮਾਇਤ ਕਰਦਾ ਹੈ ਇਸ ਕਰਕੇ ਪੁਲਿਸ ਉਸ ਨੂੰ ਟਾਰਗੇਟ ਕਰ ਰਹੀ ਹੈ ਪਰ ਦੂਜੇ ਪਾਸੇ ਹਾਂਗਕਾਂਗ ਦੀ ਅਦਾਲਤ ਨੇ ਸਾਰੀਆਂ ਦਲੀਲਾਂ ਖਾਰਜ ਕਰਦੇ ਹੋਏ ਤਲਵੰਡੀ ਸਾਬੋ ਦੇ ਪਿੰਡ ਬੰਗੀ ਰੁਲਦੂਦ ਰਹਿਣ ਵਾਲੇ ਗੈਂਗਸਟਰ ਰਮਨਜੀਤ ਰੋਮੀ ਨੂੰ ਨਾਬਾਜ਼ ਜੇਲ ਬਰੇਕਾਂਡਾ ਮਲਜ਼ਮ ਠਹਿਰਾਉਂਦੇ ਹੋਏ ਉਸ ਦੀ ਹਵਾਲਗੀ ਦੇ ਆਦੇਸ਼ ਦਿੱਤੇ ਸਨ ਸੋ ਪੁਲਿਸ ਦੀਆਂ ਜੜੀਆਂ ਟੀਮਾਂ ਹੈਗੀਆਂ ਨੇ ਪੰਜਾਬ ਦੀ ਐਂਟੀ ਗੈਂਗਸਟਰ ਟਾਸਕ ਫੋਰਸ ਦੀਆਂ ਵਿਸ਼ੇਸ਼ ਟੀਮਾਂ ਉਸ ਨੂੰ ਲੈ ਕੇ ਦਿੱਲੀ ਪਹੁੰਚੀਆਂ ਨੇ ਤੇ ਹੁਣ ਉਸ ਨੂੰ ਪੰਜਾਬ ਲਿਆਂਦਾ ਜਾਊਗਾ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਤੇ 1020 ਕਰੋੜ ਦਾ ਜੁਰਮਾਨਾ ਲੱਗਿਆ ਹੈ ਮਸਲਾ ਹੈ ਲੁਧਿਆਣਾ ਦੇ ਵਿੱਚ ਸੋਲਿਡ ਅਤੇ ਵੇਸਟ ਮੈਨੇਜਮੈਂਟ ਨਾ ਹੋਣ ਦੀ ਵਜ੍ਹਾ ਤੇ ਇਸ ਵਜ੍ਹਾ ਕਰਕੇ ਗੰਦ ਦੇ ਢੇਰ ਨੂੰ ਲੈ ਕੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਪੰਜਾਬ ਸਰਕਾਰ ਤੇ ਇਨਾ ਵੱਡਾ ਜੁਰਮਾਨਾ ਠੋਕਿਆ ਹੈ ਨੋਟਿਸ ਭੇਜ ਕੇ ਜਵਾਬ ਵੀ ਮੰਗਿਆ ਹੈ ਐਨਜੀਟੀ ਨੇ ਇਹ ਵੀ ਪੁੱਛਿਆ ਕਿ ਪੰਜਾਬ ਸਰਕਾਰ ਦੇ ਖਿਲਾਫ ਕਾਰਵਾਈ ਕਿਉਂ ਨਾ ਕੀਤੀ ਜਾਵੇ ਪੰਜਾਬ ਸਰਕਾਰ ਨੂੰ ਹੁਣ 1 ਮਹੀਨੇ ਦੇ ਅੰਦਰ ਅੰਦਰ ਜਵਾਬ ਦੇਣਾ ਪਊਗਾ ਐਨਜੀਟੀ ਨੇ 1020 ਕਰੋੜ ਰੁਪਏ ਕੇਂਦਰੀ ਪ੍ਰਦੂਸ਼ਣ ਬੋਰਡ ਨੂੰ ਜਮ੍ਹਾਂ ਕਰਵਾਉਣ ਦੇ ਨਿਰਦੇਸ਼ ਦਿੱਤੇ ਨੇ ਐਨਜੀਟੀ ਨੇ ਕਿਹਾ ਕਿ ਇਸ ਮਾਮਲੇ ਦੇ ਵਿੱਚ ਸੂਬਾ ਸਰਕਾਰ ਨੂੰ ਪਹਿਲਾਂ 2080 ਕਰੋੜ 10 ਸਤੰਬਰ 2022 ਦੇ ਵਿੱਚ ਵੀ ਜੁਰਮਾਨਾ ਲਾਇਆ ਗਿਆ ਸੀ ਹਾਲੇ ਤੱਕ ਉਹ ਵੀ ਜਮ੍ਹਾਂ ਨਹੀਂ ਕਰਵਾਇਆ ਇਸ ਮਾਮਲੇ ਦੇ ਵਿੱਚ ਚੀਫ ਸਕੱਤਰ ਵੀ ਆਦੇਸ਼ ਦੀ ਪਾਲਣਾ ਕਰਨ ਵਿੱਚ ਫੇਲ ਸਾਬਿਤ ਹੋਏ ਨੇ ਜੋ ਕਿ ਐਨਜੀਟੀ ਐਕਟ 2010 ਦੇ ਅਧੀਨ ਜੁਰਮ ਹੈ। ਟ੍ਰਿਬਿਊਨਲ ਨੇ ਚੀਫ ਸਕੱਤਰ ਅਨਰਾਗ ਵਰਮਾ ਤੇ ਸ਼ਹਿਰੀ ਵਿਕਾਸ ਦੇ ਐਡੀਸ਼ਨਲ ਚੀਫ ਸਕੱਤਰ ਤੇਜਵੀਰ ਸਿੰਘ ਨੂੰ ਨੋਟਿਸ ਭੇਜਿਆ ਹੈ ਤੇ 1 ਮਹੀਨੇ ਦੇ ਅੰਦਰ-ਅੰਦਰ ਜਵਾਬ ਫਾਈਲ ਕਰਨ ਦੇ ਹੁਕਮ ਦਿੱਤੇ ਨੇ। 27 ਸਤੰਬਰ ਨੂੰ ਇਸ ਮਾਮਲੇ ਦੀ ਅਗਲੀ ਸੁਣਵਾਈ ਹੋਵੇਗੀ। ਇਹ ਵੀ ਪਤਾ ਲੱਗਿਆ ਹੈ ਕਿ ਐਨਜੀਟੀ ਦੀ ਸਖਤੀ ਤੋਂ ਬਾਅਦ ਚੀਫ ਸਕੱਤਰ ਨੇ ਡੀਸੀ ਲੁਧਿਆਣਾ ਦੇ ਨਾਲ ਮੀਟਿੰਗ ਕੀਤੀ ਸੀ ਕੜੀ ਫਟਕਾਰ ਲਾਉਂਦੇ ਹੋਏ ਹਦਾਇਤਾਂ ਵੀ ਦਿੱਤੀਆਂ ਸੀ ਕਿ ਸੋਲਿਡ ਵੇਸਟ ਮੈਨੇਜਮੈਂਟ ਤੇ ਸੀਵਰੇਜ ਟ੍ਰੀਟਮੈਂਟ ਪਲਾਂਟ ਦੇ ਕੰਮ ਨੂੰ ਛੇਤੀ ਤੋਂ ਛੇਤੀ ਪੂਰਾ ਕੀਤਾ ਜਾਵੇ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਉਂਦੇ ਮੌਨਸੂਨ ਇਜਲਾਸ ਨੂੰ 3 ਦਿਨਾਂ ਤੋਂ ਵਧਾ ਕੇ 30 ਦਿਨਾਂ ਦਾ ਕਰਨ ਦੀ ਮੰਗ ਕੀਤੀ ਹੈ। ਸੁਖਬੀਰ ਬਾਦਲ ਨੇ ਕਿਹਾ ਹੈ ਕਿ ਸਰਕਾਰ ਨੂੰ ਇਸ ਸੈਸ਼ਨ ਦੇ ਵਿੱਚ ਸੂਬੇ ਦੇ ਦਰਿਆਈ ਪਾਣੀਆਂ ਦਾ ਮੁੱਦਾ ਤੇ ਰਾਜਤਾਨੀ ਚੰਡੀਗੜ੍ਹ ਦੇ ਹੱਕਾਂ ਦਾ ਮੁੱਦਾ ਵਿਚਾਰਨਾ ਚਾਹੀਦਾ ਹੈ ਪੰਜਾਬੀ ਇਹ ਵੀ ਚਾਹੁੰਦੇ ਨੇ ਕਿ ਆਪ ਸਰਕਾਰ ਵੱਲੋਂ ਆਪਣੇ ਕਾਰਜਕਾਰ ਦੌਰਾਨ ਲਏ 85000 ਕਰੋੜ ਰੁਪਏ ਦੇ ਕਰਜ਼ੇ ਸਮੇਤ ਸੂਬੇ ਸਿਰ ਨਿਤ ਵੱਧ ਰਹੇ ਕਰਜ਼ੇ ਤੇ ਵੀ ਵਿਚਾਰ ਵਟਾਂਦਰਾ ਕੀਤਾ ਜਾਵੇ ਕਹਿੰਦੇ 3 ਦਿਨ ਦਾ ਸੈਸ਼ਨ ਰੱਖ ਕੇ ਭਗਵੰਤ ਮਾਨ ਸਰਕਾਰ ਇਹਨਾਂ ਅਹਿਮ ਮੁੱਦਿਆਂ ਤੋਂ ਬਚਣਾ ਚਾਹੁੰਦੀ ਹੈ ਸੁਖਬੀ ਨੇ ਇਲਜ਼ਾਮ ਲਾਇਆ ਕਿ ਵਿਧਾਇਕ ਵੀ ਨਸ਼ਾ ਤਸਕਰੀ ਨੂੰ ਹੱਲ ਕਰਨ ਦੇ ਵਿੱਚ ਮੁੱਖ ਮੰਤਰੀ ਦੀ ناکامی ਤੇ ਚਰਚਾ ਕਰਨਾ ਚਾਹੁੰਦੇ ਨੇ ਕਿਉਂਕਿ ਪਹਿਲਾਂ ਮੁੱਖ ਮੰਤਰੀ ਨੇ ਖੁਦ ਐਲਾਨ ਕੀਤਾ ਸੀ ਕਿ ਨਸ਼ਾ 4 ਹਫ਼ਤਿਆਂ 'ਚ ਖਤਮ ਹੋ ਜਾਊਗਾ ਫਿਰ 3 ਮਹੀਨੇ ਤੇ ਫਿਰ ਨਸ਼ਾ ਖਤਮ ਕਰਨ ਦੇ ਲਈ 1 ਸਾਲ ਦੀ ਮਿਆਦ ਦੇ ਦਿੱਤੀ ਗਈ ਪਰ ਨਸ਼ਾ ਅੱਜ ਤੱਕ ਨਹੀਂ ਮੁਕਿਆ ਇਹ ਮੁੱਦੇ ਪੰਜਾਬ ਤੇ ਬਹੁਤ ਜ਼ਿਆਦਾ ਖੱਪਲੇ ਹੋ ਗਏ ਐ ਸੈਸ਼ਨ ਜਾਣ ਕੇ ਛੋਟਾ ਕਰਦੇ ਐ ਕਿ ਕਿਸੇ ਸਵਾਲ ਦਾ ਜਵਾਬ ਨਾ ਦੇ ਸਕਣ ਐ ਜੀ ਨਕਮੀ ਸਰਕਾਰ ਐ ਜਿਹਦੇ ਕਰਕੇ ਅੱਜ ਪੰਜਾਬ ਬਹੁਤ ਪਿੱਛੇ ਚਲੇ ਗਿਆ ਸੋ ਮੈਂ ਤਾਂ ਕਹਿਣਾ ਸੈਸ਼ਨ ਜਿਹੜੇ ਹੁੰਦੇ ਐ ਅਸੀਂ ਇਲੈਕਟਿਡ ਐਮਐਲਏ ਐ ਇਲੈਕਟਿਡ ਐਮਐਲਏਆਂ ਦਾ ਮਤਲਬ ਐ ਸੈਸ਼ਨ ਜਾਣ ਆਪਣੇ ਸਵਾਲ ਪੁੱਛਣ ਸਰਕਾਰ ਨੂੰ ਘੇਰਨ ਜੇ ਸਰਕਾਰ ਨੇ ਕੋਈ ਚੰਗੇ ਕੰਮ ਕਰਨ ਉਹਨਾਂ ਨੂੰ ਸਾਬਾਸ਼ੀ ਵੀ ਦੇ ਤਿੰਨ ਤਿੰਨ ਦਿਨ ਦਾ ਕੋਈ ਸੈਸ਼ਨ ਹੁੰਦਾ ਪੂਰੇ ਸਾਲ ਵਿੱਚ ਜੇ ਇੱਕ ਮਹੀਨਾ ਨਹੀਂ ਤੁਸੀਂ ਸੈਸ਼ਨ ਬੁਲਾਉਣਾ ਤੇ ਫਿਰ ਵਿਧਾਨ ਸਭਾ ਬਣਾਉਣ ਦਾ ਫਾਇਦਾ ਕੀ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਕਿ ਕਤਰ ਦੇ ਦੋਹਾ ਦੇ ਵਿੱਚ ਪੁਲਿਸ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੋ ਪਾਵਨ ਸਰੂਪ ਆਪਣੇ ਕੋਲ ਰੱਖੇ ਹੋਏ ਨੇ ਇਸ ਮੁੱਦੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਭਾਰਤ ਦੇ ਵਿਦੇਸ਼ ਮੰਤਰੀ ਅਤੇ ਕਤਰ ਦੇ ਵਿੱਚ ਭਾਰਤੀ ਐਮਬੈਸਡਰ ਨੂੰ ਤੁਰੰਤ ਇਸ ਮਾਮਲੇ ਵਿੱਚ ਦਖਲ ਦੇਣ ਦੀ ਅਪੀਲ ਕੀਤੀ ਹੈ ਐਡਵੋਕੇਟ ਧਾਮਿਨੀ ਕਹੇ ਕਿ ਸਿੱਖ ਕੌਮ ਦੇ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਸਭ ਤੋਂ ਉੱਪਰ ਹੈ ਪੁਲਿਸ ਵੱਲੋਂ ਗੁਰੂ ਸਾਹਿਬ ਦੇ ਪਾਵਨ ਸਰੂਪਾ ਨੂੰ ਆਪਣੇ ਕੋਲ ਬਿਨਾਂ ਮਰਿਆਦਾ ਤੋਂ ਰੱਖਣਾ ਵੱਡਾ ਅਨਰਾਦਰ ਹੈ ਇਸ ਨੂੰ ਅਸੀਂ ਬਰਦਾਸ਼ਤ ਨਹੀਂ ਕਰ ਸਕਦੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਹੁਕਮਾਂ ਤੇ ਐਸਜੀਪੀਸੀ ਨੇ ਭਾਰਤ ਦੇ ਵਿਦੇਸ਼ ਮੰਤਰੀ ਅਤੇ ਦੋਹਾ ਕਤਰ ਦੇ ਵਿੱਚ ਭਾਰਤੀ ਐਮਬੈਸਡਰ ਨੂੰ ਚਿੱਠੀਆਂ ਵੀ ਲਿਖੀਆਂ ਨੇ ਦਰਅਸਲੇ ਮਾਮਲਾ ਲੰਗੇ ਦਿਨੀ ਬਰਤਾਨੀਆਂ ਦੀ ਸਿੱਖ ਸੰਸਥਾ ਭਾਈ ਕਨਈਆ ਹਿਊਮੈਨਿਟੇਰੀਅਨ ਏਡ ਦੇ ਵੱਲੋਂ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਧਿਆਨ ਵਿੱਚ ਲਿਆਂਦਾ ਗਿਆ ਸੀ ਜਥੇਦਾਰ ਸਾਹਿਬ ਨੇ ਐਸਜੀਪੀਸੀ ਨੂੰ ਇਸ ਮਾਮਲੇ ਦੀ ਪੈਰਵਾਈ ਕਰਨ ਦੇ ਹੁਕਮ ਜਾਰੀ ਕੀਤੇ ਸਨ ਸੰਸਥਾਨ ਨੇ ਦੱਸਿਆ ਸੀ ਕਿ ਦਸੰਬਰ 2023 ਵਿੱਚ ਕਤਰ ਦੀ ਦੋਹਾ ਪੁਲਿਸ ਨੇ ਇੱਕ ਸਿੱਖ ਨੂੰ ਗ੍ਰਿਫਤਾਰ ਕੀਤਾ ਸੀ ਜਿਸ ਨੂੰ ਬਾਅਦ ਵਿੱਚ ਛੱਡ ਦਿੱਤਾ ਗਿਆ ਪਰ ਉਸ ਕੋਲੋਂ ਪ੍ਰਾਪਤ ਕੀਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੋ ਪਾਵਨ ਸਰੂਪਾਂ ਨੂੰ ਪੁਲਿਸ ਨੇ ਥਾਣੇ ਦੇ ਵਿੱਚ ਹੀ ਰੱਖਿਆ ਗਿਆ ਰੱਖਿਆ ਹੋਇਆ ਜੋ ਕਿ ਗੁਰੂ ਸਾਹਿਬ ਦਾ ਵੱਡਾ ਨਿਰਾਦਰ ਹੈ ਇਹ ਸਿੱਖ ਬਰਕਤ ਅਲ عوامਰ ਵਿੱਚ ਆਪਣੀ ਜਾਇਦਾਦ ਵਿੱਚ ਸਥਾਪਿਤ ਕੀਤੇ ਗੁਰਦੁਆਰਾ ਸਾਹਿਬ ਦੇ ਵਿੱਚ ਨਿੱਜੀ ਰੂਪ ਦੇ ਵਿੱਚ ਗੁਰੂ ਸਾਹਿਬ ਦਾ ਰੋਜ਼ਾਨਾ ਪ੍ਰਕਾਸ਼ ਕਰਕੇ ਮਰਿਆਦਾ ਮੁਤਾਬਿਕ ਸਥਾਨਕ ਸਿੱਖਾਂ ਦੇ ਨਾਲ ਸੰਗਤ ਕਰਦਾ ਸੀ ਪਰ ਕਤਰ ਸਰਕਾਰ ਦੀਆਂ ਗੈਰ ਇਸਲਾਮੀ ਧਰਮਾਂ ਦੇ ਉੱਤੇ ਸਖਤ ਪਾਬੰਦੀਆਂ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਕਿ ਉਹ ਅਜਿਹਾ ਕਿਵੇਂ ਕਰ ਰਿਹਾ ਹੈ ਹਾਲਾਂਕਿ ਬਾਅਦ ਵਿੱਚ ਤਾਂ ਉਸ ਨੂੰ ਤਾਂ ਛੱਡ ਦਿੱਤਾ ਗਿਆ ਪਰ ਗੁਰੂ ਸਾਹਿਬ ਦੇ ਸਰੂਪ ਨੇ ਜਿਹੜੇ ਉਹ ਹਾਲੇ ਵੀ ਪੁਲਿਸ ਕੋਲ ਨੇ ਸ਼੍ਰੋਮਣੀ ਕਾਲੇਦਲ ਦੇ ਸੀਨੀਅਰ ਲੀਡਰ ਅਤੇ ਬਠਿੰਡਾ ਤੋਂ ਐਮਪੀ ਹਰ ਸਿਮਰਤ ਕੌਰ ਬਾਦਲ ਨੇ ਵੀ ਭਾਰਤ ਦੇ ਕੇਂਦਰੀ ਵਿਦੇਸ਼ ਮੰਤਰੀ ਡਾਕਟਰ ਐਸ ਜੈ ਸ਼ੰਕਰ ਨੂੰ ਅਪੀਲ ਕੀਤੀ ਹੈ ਕਿ ਉਹ ਕਤਰ ਦੇ ਵਿੱਚ ਪੁਲਿਸ ਕੋਲ ਰੱਖੇ ਗਏ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਨੂੰ ਤੁਰੰਤ ਛਡਵਾਉਣ ਦਾ ਮੁੱਦਾ ਚੁੱਕਣ ਇਸ ਦੇ ਲਈ ਐਮਪੀ ਬਾਦਲ ਨੇ ਵਿਦੇਸ਼ ਮੰਤਰੀ ਨੂੰ ਚਿੱਠੀ ਲਿਖੀ ਹੈ ਵੀਰਵਾ ਨੂੰ ਪੂਰੇ ਦੇਸ਼ ਦੇ ਵਿੱਚ ਕਾਂਗਰਸ ਨੇ ਸੇਬੀ ਮੁਖੀ ਮਾਧਵੀ 부ਚ ਦੇ ਖਿਲਾਫ ਕਾਰਵਾਈ ਨਾ ਕਰਨ ਦੇ ਦੋਸ਼ਾਂ ਤਹਿਤ ਈਡੀ ਦੇ ਵਿਰੋਧ ਵਿੱਚ ਮੁਜ਼ਾਰੇ ਕੀਤੇ ਜਿਸ ਦੇ ਚਲਦਿਆਂ ਪੂਰੀ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਚੰਡੀਗੜ੍ਹ ਸਥਿਤ ਈਡੀ ਦੇ ਦਫ਼ਤਰ ਦਾ ਘਰਾਉ ਕਰਨ ਦੇ ਲਈ ਕਾਂਗਰਸ ਦੇ ਦਫ਼ਤਰ ਦੇ ਬਾਹਰ ਇਕੱਠੀ ਹੋਈ ਵੱਡਾ ਪ੍ਰਦਰਸ਼ਨ ਕੀਤਾ ਅਗਵਾਈ ਕਾਂਗਰਸ ਪ੍ਰਧਾਨ ਅਤੇ ਲੁਧਿਆਣਾ ਤੋਂ ਐਮਪੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕੀਤੀ ਇਸ ਪ੍ਰਦਰਸ਼ਨ ਦੇ ਵਿੱਚ ਪੰਜਾਬ ਕਾਂਗਰਸ ਦੀ ਤਕਰੀਬਨ ਸਾਰੀ ਲੀਡਰਸ਼ਿਪ ਸ਼ਾਮਲ ਹੋਈ ਪਰ ਨਵਜੋਤ ਸਿੰਘ ਸਿੱਧੂ ਨਹੀਂ ਦਿਖਾਈ ਦਿੱਤੇ ਈਡੀ ਦਫ਼ਤਰ ਕੁਸ਼ਕਰਨ ਤੋਂ ਪਹਿਲਾਂ ਪੰਜਾਬ ਕਾਂਗਰਸ ਭਵਨ ਚੰਡੀਗੜ੍ਹ ਦੇ ਬਾਹਰ ਵੱਡਾ ਇਕੱਠ ਇਹਨਾਂ ਨੇ ਕੀਤਾ ਜਿੱਥੇ ਲੀਡਰਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵਰਕਰ ਵੀ ਪਹੁੰਚੇ ਹੋਏ ਸਨ ਤੇ ਜਿਵੇਂ ਹੀ ਕਾਂਗਰਸ ਵਰਕਰਾਂ ਨੇ ਆਪਣੇ ਲੀਡਰਾਂ ਦੀ ਅਗਵਾਈ ਦੇ ਵਿੱਚ ਈਡੀ ਦਫ਼ਤਰ ਵੱਲ ਕੂਚ ਕਰਨਾ ਸ਼ੁਰੂ ਕੀਤਾ ਤਾਂ ਪਹਿਲਾਂ ਤੋਂ ਹੀ ਚੰਡੀਗੜ੍ਹ ਪੁਲਿਸ ਇਹਨਾਂ ਨੂੰ ਡੱਕਣ ਦੇ ਲਈ ਖੜੀ ਸੀ ਜਦੋਂ ਰੋਕਣ ਦੀ ਕੋਸ਼ਿਸ਼ ਕਰਨ ਲੱਗੀ ਤਾਂ ਦੋਵਾਂ ਧਿਰਾਂ ਦੇ ਵਿੱਚ ਝੜਪਾਂ ਹੋ ਗਈਆਂ ਕਾਂਗਰਸ ਭਵਨ ਤੋਂ ਈਡੀ ਦੇ ਦਫ਼ਤਰ ਵੱਲ ਨੂੰ ਜਾਣ ਵਾਲੇ ਸਾਰੇ ਰਾਹ ਤੇ ਭਾਰੀ ਬੈਰੀਕੇਡਿੰਗ ਪੁਲਿਸ ਨੇ ਕੀਤੀ ਸੀ ਪਾਣੀ ਵਾਲੀਆਂ ਪਾਣੀ ਦੀਆਂ ਪੁਛਾੜਾਂ ਵਾਲੀਆਂ ਗੱਡੀਆਂ ਦਾ ਵੀ ਇੰਤਜ਼ਾਮ ਕੀਤਾ ਸੀ ਵੱਡੀ ਗਿਣਤੀ ਵਿੱਚ ਪੁਲਿਸ ਬਲ ਤਾਇਨਾਤ ਸੀ ਸੋ ਜਦੋਂ ਇਹਨਾਂ ਨੇ ਬੈਰੀਕੇਡਿੰਗ ਤੋੜ ਕੇ ਅੱਗੇ ਜਾਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਦੇ ਵਿਚਾਲੇ ਤੱਕਾ ਮੁਕੀ ਵੀ ਹੋਈ ਪਰ ਪਤਾ ਹੀ ਹੈ ਕਿ ਚੰਡੀਗੜ੍ਹ ਪੁਲਿਸ ਨੇ ਪਹਿਲਾਂ ਹੀ ਧਾਂ ਰੱਖਿਆ ਸੀ ਕਿ ਪ੍ਰਦਰਸ਼ਨਕਾਰੀਆਂ ਨੂੰ ਅੱਗੇ ਨਹੀਂ ਜਾਣ ਦਿੱਤਾ ਜਾਊਗਾ ਸੋ ਉਹ ਕਾਮਯਾਬ ਹੋ ਗਏ ਹਰ ਤਰੀਕੇ ਦੇ ਨਾਲ ਕਾਂਗਰਸੀ ਵਰਕਰਾਂ ਤੇ ਲੀਡਰਾਂ ਨੂੰ ਪਛਾਣੂ ਕਰਦਿਆਂ ਹੋਇਆਂ ਪਛਾੜਦਿਆਂ ਹੋਇਆਂ ਪੁਲਿਸ ਨੇ ਅਮਰਿੰਦਰ ਸਿੰਘ ਰਾਜਾ ਵੜਿੰਗ ਸਮੇਤ ਕਈ ਲੀਡਰਾਂ ਨੂੰ ਹਿਰਾਸਤ ਵਿੱਚ ਲੈ ਕੇ ਬੱਸਾਂ ਵਿੱਚ ਲਾਦ ਲਿਆ ਜਦੋਂ ਸਾਡੀ ਟੀਮ ਨੇ ਪਟਿਆਲਾ ਤੋਂ ਐਮਪੀ ਡਾਕਟਰ ਧਰਮਵੀਰ ਸਿੰਘ ਗਾਂਧੀ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਇਲਜ਼ਾਮ ਲਾਇਆ ਕਿ ਕੇਂਦਰੀ ਏਜੰਸੀਆਂ ਭਾਰਤੀ ਜਨਤਾ ਪਾਰਟੀ ਦੀ ਕਠਪੁੱਤਲੀ ਬਣ ਕੇ ਕੰਮ ਕਰ ਰਹੀਆਂ ਨੇ ਇਸੇ ਕਰਕੇ ਸੇਬੀ ਮੁਖੀ ਦੇ ਖਿਲਾਫ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ ਗਾਂਧੀ ਨੇ ਕਿਹਾ ਕਿ ਜੇ ਲੋੜ ਪੈਗੀ ਤਾਂ ਅਸੀਂ ਵੱਡੇ ਰੋਸ ਮੁਜ਼ਾਰੇ ਵੀ ਪੂਰੇ ਦੇਸ਼ ਵਿੱਚ ਕਰਾਂਗੇ ਸਾਡੀ ਕੋਸ਼ਿਸ਼ ਇਹੀ ਰਹੇਗੀ ਕਿ ਸੇਬੀ ਚੀਫ ਦੇ ਖਿਲਾਫ ਠੁਕਵੀਂ ਕਾਰਵਾਈ ਕਰਨ ਲਈ ਕੇਂਦਰ ਤੇ ਦਬਾਅ ਬਣਾਇਆ ਜਾਵੇ ਇਸ ਤਰ੍ਹਾਂ ਸਾਬਕਾ ਐਮਪੀ ਮੁਹੰਮਦ ਸਰੀਕ ਨੇ ਜਿੱਥੇ ਕੇਂਦਰ ਸਰਕਾਰ ਤੇ ਨਿਸ਼ਾਨੇ ਸਾਧੇ ਜਾਂਚ ਨਾ ਕਰਨ ਦੇ ਦੋਸ਼ ਲਾਏ ਉੱਥੇ ਉਹਨਾਂ ਨੇ ਐਮਪੀ ਕੰਗਣਾ ਰਣੌਦੀ ਦੀ ਨਵੀਂ ਆ ਰਹੀ ਫਿਲਮ ਅਮਰਜੈਂਸੀ ਨੂੰ ਲੈ ਕੇ ਵੀ ਆਪਣੀ ਪੜਾਅਸ ਕੱਢੀ ਉਹਨਾਂ ਕਿਹਾ ਕਿ ਕੰਗਣਾ ਦਾ ਅਕਸ ਪਹਿਲਾਂ ਹੀ ਵਿਵਾਦ ਭਰਪੂਰ ਰਿਹਾ ਤੇ ਜਈਆਂ ਚਾਲਾਂ ਜਾਣਬੁੱਝ ਕੇ ਉਹ ਚਲਦੀ ਹੈ ਕੋ ਇੰਡਨਵਾਰਗ ਰਿਪੋਰਟ ਨੇ ਕਲੀਅਰ ਕੱਟ ਗਿਆ ਹੈਗਾ ਕਿ ਜਿਹੜੀ ਸੇਬੀ ਦੀ ਚੇਅਰਮੈਨ ਹੈ ਮਾਧਵੀ ਪੂਰੀ ਉਹ ਸਾਰੇ ਕਾਸੀ ਜ਼ਿੰਮੇਵਾਰ ਹੈ ਉਹਨੇ ਝੂਠੀਆਂ ਰਿਪੋਰਟਾਂ ਬਣਾ ਕੇ ਅਡਾਨੀ ਵਾਸਤੇ ਕੰਮ ਕਰਦੀ ਪਈ ਸੀਗੀ ਜਿਹੜੀਆਂ ਆਫਸ਼ੋਰ ਕੰਪਨੀਆਂ ਹੈਗੀਆਂ ਉਹਨਾਂ ਵਿੱਚੋਂ ਪੈਸਾ ਹਿੰਦੁਸਤਾਨ ਭੇਜਿਆ ਜਾ ਰਿਹਾ ਹੋਵੇਗਾ ਅਡਾਨੀ ਦੇ ਸ਼ੇਰਾਂ ਨੂੰ ਮਨਸੂਬੀ ਢੰਗ ਨਾਲ ਵਧਾਇਆ ਜਾ ਰਿਹਾ ਹੋਵੇਗਾ ਤਾਂ ਜੋ ਸਮਾਂ ਅਤੇ ਛੋਟੇ ਇਨਵੈਸਟਰਾਂ ਨੂੰ ਚੂਨਾ ਲਾ ਕੇ ਉਹਨਾਂ ਨੂੰ ਨੰਨ ਕੀਤਾ ਜਾ ਸਕੇ ਤੇ ਡਾਨੀ ਦੀ ਜਿਹੜੀ ਪੂੰਜੀ ਹੈ ਉਹ ਵਧਾ ਦਿੱਤਾ ਜਾ ਸਕੇ ਤੇ ਕੁਝ ਖਾਸ ਕਨਵੇਸ਼ਕਾਂ ਨੂੰ ਫਾਇਦਾ ਦਿੱਤਾ ਜਾ ਸਕੇ ਇਹ ਦੋ ਵਾਰ ਹਿੰਦਰਵਲ ਰਿਪੋਰਟ ਨੇ ਮੋਦੀ ਨੂੰ ਵੀ ਨੰਗਾ ਕੀਤਾ ਅਡਾਨੀ ਨੂੰ ਵੀ ਲੰਗਾ ਕੀਤਾ ਪਰ ਭਾਰਤ ਦੀ ਸਰਕਾਰ ਨੇ ਹੁਣ ਤੱਕ ਇਸ ਤੇ ਕੋਈ ਐਕਸ਼ਨ ਨਹੀਂ ਲੀਤਾ ਇਤੋਂ ਤੱਕ ਕਿ ਮਾਦਮੀ ਪੂਰੀ ਨੇ ਸੁਪਰੀਮ ਕੋਰਟ ਨੂੰ ਵੀ ਮਿਸਲੀ ਮਿਸ ਗਾਈਡ ਕੀਤਾ ਮਿਸਲੀਡ ਕੀਤਾ ਕਿ ਸਭ ਕੁਝ ਠੀਕ ਹੈਗਾ ਹੈ ਸਾਡੇ ਕੋਲ ਟ੍ਰੇਲ ਫੜੀ ਨਹੀਂ ਜਾ ਰਹੀ ਪੂਰੀ ਤਰ੍ਹਾਂ ਇਨਕੁਆਇਰੀ ਨਹੀਂ ਕੀਤੀ ਤੇ ਸਾਰੇ ਦੋਸਤਾਂ ਦੇ ਲੋਕਾਂ ਨੂੰ ਬੇਵਕੂ ਬਣਾਇਆ ਜਾ ਰਿਹਾ ਇਸ ਮੋਦੀ ਸਰਕਾਰ ਵੱਲੋਂ ਮੋਦੀ ਸ਼ਾਹ ਵੱਲੋਂ ਅਮਾਨੀ ਡਾਨੀ ਵੱਲੋਂ ਇਹ ਸਾਰੇ ਮੁਲਕ ਦੀ ਪੈਸਾ ਵੀ ਲੁੱਟਿਆ ਜਾ ਰਿਹਾ ਤੇ ਬੇਵਕੂ ਬਣਾਇਆ ਜਾ ਰਿਹਾ ਇੱਥੇ ਹੁਣ ਆ ਕੇ ਕਿੱਥੇ ਤੇ ਈਡੀ ਦੇ ਦਫ਼ਤਰ ਜਾਣਾ ਸੀ ਪਰ ਹੁਣ ਬਾਸ ਵਿੱਚ ਬੈਠਣਾ ਪੈ ਰਿਹਾ ਹੈ ਜੀ ਹਾਂ ਗੱਲ ਇਹ ਹੈ ਜੀ ਪ੍ਰਸ਼ਾਸਨ ਜਿਹੜਾ ਉਹ ਆਪਣਾ ਕੰਮ ਕਰ ਰਿਹਾ ਅਸੀਂ ਆਪਣੀ ਡਿਊਟੀ ਕਰ ਰਹੇ ਹਾਂ ਸਿੱਧੀ ਜੀ ਗੱਲ ਇਹ ਹੈ ਇਹ ਜੇ ਦਫ਼ਤਰ ਨਹੀਂ ਜਾਣ ਲੈਂਦੇ ਕਿਤੇ ਹੋਰ ਲੈ ਕੇ ਚੱਲੇ ਨੇ ਇਹਨਾਂ ਦੀ ਆਪਣੀ ਮਰਜ਼ੀ ਹੈ ਲੈ ਜਾਣ ਅਸੀਂ ਜੇ ਅਸੀਂ ਤਿੱਕੇ ਬੈਠਣ ਵਾਲੇ ਤਾਂ ਹੁਣ ਹਾਂ ਨਹੀਂ ਜਿਸ ਕੰਮ ਵਾਸਤੇ ਆਏ ਜੇ ਦਫ਼ਤਰ ਚ ਨਹੀਂ ਜਾ ਸਕਦੇ ਤਾਂ ਲੈ ਚੱਲ ਜਿੱਥੇ ਉਹ ਜੀ ਕਰਦਾ ਹੈ ਕੇਂਦਰ ਸਰਕਾਰ ਦੀ ਜਿਹੜੀ ਰੋਖ ਹੈ ਇਸ 에ਰਪੋਰਟਾਂ ਨੂੰ ਲੈ ਕੇ ਉਹਨੂੰ ਕਿਸ ਤਰੀਕੇ ਦੇ ਨਾਲ ਵੇਖਦੇ ਹੋ ਕਿਉਂਕਿ ਹਰ ਵਾਰ ਉਹ ਚੀਜ਼ ਨੂੰ ਨੈਗਲੈਕਟ ਕਰ ਦਿੱਤਾ ਜਾਂਦਾ ਕਹਿ ਦਿੱਤਾ ਜਾਂਦਾ ਹੈ ਕਿ ਵਿਦੇਸ਼ੀ ਏਜੰਸੀਆਂ ਇਸ ਤਰੀਕੇ ਦੀਆਂ ਰਿਪੋਰਟਾਂ ਸਾਨੂੰ ਡੀਫੇਮ ਕਰਨ ਵਾਸਤੇ ਕੱਢਦੀਆਂ ਹੀ ਰਹਿੰਦੀਆਂ ਨੇ ਦਰਸਲ ਗੱਲ ਇਹ ਹੈ ਜਦੋਂ ਕੋਈ ਰਿਪੋਰਟ ਆਉਂਦੀ ਹੈ ਸਾਰੇ ਮੁਲਕ ਤੁਸੀਂ ਇਹ ਦੱਸੋ ਦੁਨੀਆ ਕਿੱਡੀ ਕਬੱਡੀ ਹੈ ਐਨੀ ਕੀ ਦੁਨੀਆ ਐਨੀ ਕੀ ਦੁਨੀਆ ਅੱਜ ਜਿਹੜਾ ਕੁਝ ਹੁਣ ਬੋਲਦੇ ਹਨ ਇਹ ਤਾਂ ਅਮਰੀਕਾ ਸੁਣਿਆ ਜਾ ਰਿਹਾ ਹੈ ਹੈ ਜੀ ਫਿਰ ਕਿਵੇਂ ਹੋ ਗਿਆ ਵੀ ਇਹ ਵਿਦੇਸ਼ੀ ਰਿਪੋਰਟ ਹੈ ਕਿ ਕਾਂਗਰਸ ਨੇ ਪੂਰੇ ਦੇਸ਼ ਦੇ ਵਿੱਚ ਵੱਖ-ਵੱਖ ਥਾਵਾਂ ਤੇ ਰੋਸ ਮੁਜ਼ਾਰੇ ਕੀਤੇ ਤੇ ਰੋਸ ਪ੍ਰਦਰਸ਼ਨ ਦੇ ਨਾਂ ਤੇ ਇੰਜ ਲੱਗਦਾ ਸੀ ਜਿਵੇਂ ਕਾਂਗਰਸ ਆਪਣਾ ਸ਼ਕਤੀ ਪ੍ਰਦਰਸ਼ਨ ਦਿਖਾ ਰਹੀ ਹੈ। ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੁਹਾਲੀ ਦੇ ਕੁਰਾਲੀ ਦੇ ਪਿੰਡ ਮੁੱਦੋ ਸੰਗਤੀਆਂ ਦੇ ਵਿੱਚ ਪ੍ਰਵਾਸੀਆਂ ਨੂੰ ਬਾਹਰ ਕੱਢਣ ਦੇ ਮਾਮਲੇ ਵਿੱਚ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਈ ਜਿਸ ਵਿੱਚ ਪੰਜਾਬ ਸਰਕਾਰ ਨੇ ਆਪਣਾ ਪੱਖ ਰੱਖਿਆ। ਕਿਹਾ ਕਿ ਅਸੀਂ ਮਾਮਲੇ ਦਾ ਹੱਲ ਕਰਨ ਲਈ ਪੰਜ ਮੈਂਬਰੀ ਕਮੇਟੀ ਬਣਾਈ ਹੈ ਜਿਸ ਤੋਂ ਬਾਅਦ ਅਦਾਲਤ ਨੇ ਕਿਹਾ ਕਿ ਮਾਮਲਾ ਬੈ ਕੇ ਸੁਲਝਾ ਲੈਣਾ ਚਾਹੀਦਾ ਹੈ। ਹਾਈ ਕੋਰਟ ਸਖਤ ਟਿੱਪਣੀ ਕਰਦੇ ਆ ਇਹ ਵੀ ਕਿਹਾ ਕਿ ਜੇ ਪ੍ਰਵਾਸੀਆਂ ਨੂੰ ਪਿੰਡ ਚੋਂ ਕੱਢ ਦਿੱਤਾ ਗਿਆ ਤਾਂ ਫਸਲਾਂ ਕੌਣ ਵੱਢੂਗਾ ਕਿਸਾਨ ਤੇ ਮਜ਼ਦੂਰ ਮਿਲ ਕੇ ਕੰਮ ਕਰਦੇ ਨੇ ਮਦੋ ਸੰਗਤੀਆਂ ਪਿੰਡ ਦੇ ਵੱਲੋਂ ਪ੍ਰਵਾਸੀਆਂ ਤੇ ਇਲਜ਼ਾਮ ਲਾਏ ਗਏ ਸਨ ਕਿ ਪ੍ਰਵਾਸੀਆਂ ਦੀ ਵਜ੍ਹਾ ਕਰਕੇ ਪਿੰਡ ਦੇ ਵਿੱਚ ਅਪਰਾਧ ਦਾ ਗ੍ਰਾਫ ਬਹੁਤ ਵੱਧ ਗਿਆ ਹੈ ਇਸ ਕਰਕੇ ਇੱਕ ਹਫ਼ਤੇ ਦੇ ਅੰਦਰ ਅੰਦਰ ਉਹਨਾਂ ਨੂੰ ਪਿੰਡ ਚੋਂ ਜਾਣ ਦੇ ਹੁਕਮ ਦਿੱਤੇ ਗਏ ਸਨ ਹਾਲਾਂਕਿ ਜਦੋਂ ਮਾਮਲਾ ਅਦਾਲਤ ਦੇ ਵਿੱਚ ਪਹੁੰਚ ਗਿਆ ਸੀ ਤਾਂ ਪਿੰਡ ਵਾਸੀਆਂ ਨੇ ਜਿਹੜਾ ਹੈਗਾ ਪ੍ਰਵਾਸੀਆਂ ਦੀ ਥਾਂ ਕਿਰਾਏਦਾਰ ਸ਼ਬਦ ਕਰ ਦਿੱਤਾ ਸੀ ਪਿੰਡ ਦੇ ਵਿੱਚ ਲਾਇਆ ਨੋਟਿਸ ਹੈ ਜਿਹੜਾ ਉਹ ਬਦਲ ਦਿੱਤਾ ਸੀ ਹਾਲਾਂਕਿ ਜਿਹੜੇ ਜਿਹੜੀਆਂ ਉਹਨਾਂ ਨੇ ਉਹਨਾਂ ਨੇ ਨਵੇਂ ਨਿਯਮ ਬਣਾਏ ਸੀ ਇਹ ਪੰਚਾਇਤ ਦੇ ਵੱਲੋਂ ਨਹੀਂ ਬਲਕਿ ਪਿੰਡ ਦੇ तकरीबन ਸਾਰੇ ਲੋਕਾਂ ਦੇ ਵੱਲੋਂ ਮਿਲ ਕੇ ਨਿਯਮ ਬਣਾਏ ਗਏ ਸਨ ਉਹਨਾਂ ਨਿਯਮਾਂ ਨੂੰ तकरीबन ਆਮ ਲੋਕਾਂ ਦੇ ਵੱਲੋਂ ਸਰਾਹਿਆ ਹੀ ਗਿਆ ਹ ਕਿਸੇ ਦੇ ਵੱਲੋਂ ਇਹਨਾਂ ਤੇ ਜਿਹੜੀ ਹੈਗੀ ਐ ਇਤਰਾਜ਼ ਨਹੀਂ ਪ੍ਰਗਟਾਇਆ ਗਿਆ ਪਰ ਵਕੀਲ ਵੈਭਵ ਵਤਸ ਨੇ ਹਾਈ ਕੋਰਟ ਵਿੱਚ ਪਟੀਸ਼ਨ ਪਾ ਕੇ ਕਿਹਾ ਕਿ ਸੰਵਿਧਾਨ ਹਰੇਕ ਨੂੰ ਬਰਾਬਰ ਦਾ ਹੱਕ ਦਿੰਦਾ ਹੈ ਆਪਣੀ ਮਰਜ਼ੀ ਮੁਤਾਬਿਕ ਰਹਿਣ ਦਾ ਅਧਿਕਾਰ ਵੀ ਦਿੰਦਾ ਹੈ ਪ੍ਰਵਾਸੀ ਮਜ਼ਦੂਰਾਂ ਨੂੰ ਕਹਿੰਦੇ ਸੀ ਪਿੰਡੋਂ ਬਾਹਰ ਕੱਢਣਾ ਉਹਨਾਂ ਦੇ ਹੱਕਾਂ ਦਾ ਘਾਣ ਹੈ ਐਮਰਜੈਂਸੀ ਬੁਲੇਟਿਨ ਦੇ ਵਿੱਚ ਤੁਹਾਡੇ ਸਭ ਤੋਂ ਇਜਾਜ਼ਤ ਚਾਹੁੰਨੇ ਹਾਂ ਛੇਤੀ ਮਿਲਾਂਗੇ ਪ੍ਰਾਈਮ ਟਾਈਮ ਦੇ ਨਾਲ ਧੰਨਵਾਦ